ਇਹਦਾ ਟੀਡੀਐਸ ਕਿੰਨਾ ਹੈ? 125 ਦੀ ਤੋਂ ਵੱਧ ਨਹੀਂ ਹੋਊਗਾ ਕੀ? ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸੁਲਤਾਨਪੁਰ ਲੋਧੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ, 550ਵਾਂ ਪ੍ਰਕਾਸ਼ ਪੁਰਬ, ਇਹ ਸਭ ਦਾ ਸੁਮੇਲ ਹੋ ਰਿਹਾ ਤੇ ਸੁਮੇਲ ਹੋ ਰਿਹਾ ਉਸ ਥਾਂ ਤੇ ਜਿੱਥੇ ਪਵਿੱਤਰ ਕਾਲੀ ਵੇਈ ਹੈ। ਕਾਲੀ ਵੇਈ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈਗੇ ਹਾਂ। ਇਹ ਕਿਸ਼ਤੀ ਜਿਹੜੀ ਸਵਾਰ ਹੈਗੀ ਹੈ, ਜਿਹੜੀ ਕਿਸ਼ਤੀ ਦੇ ਵਿੱਚ ਅਸੀਂ ਸਵਾਰ ਹੈਗੇ ਹਾਂ, ਉਹ ਕਿਸ਼ਤੀ ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਡਰਾਈਵ ਕਰ ਰਿਹਾ ਹੈ। ਅਤੇ ਉਹ ਕਿਸ਼ਤੀ ਦੇ ਜ਼ਰੀਏ ਸੁਨੇਹਾ ਦੇਣਾ ਚਾਹੁੰਦੇ ਹੈ ਕਿ ਬਾਬੇ ਨਾਨਕ ਦਾ ਜੋ ਫਲਸਫਾ ਹੈ ਉਸ ਕਿਸ਼ਤੀ ਦੇ ਵਾਂਗ ਇਸ ਪੂਰੇ ਸੰਸਾਰ ਦੇ ਵਿੱਚ ਫੈਲੇ। ਸੰਤ ਬਲਵੀਰ ਸਿੰਘ ਸੀਚੇਵਾਲ ਖੁਦ ਸਾਡਾ ਮੌਜੂਦ ਹੈਗੇ ਆ। ਸੀਚੇਵਾਲ ਸਾਹਿਬ, ਬਹੁਤ ਸਵਾਗਤ। ਸੀਚੇਵਾਲ ਸਾਹਿਬ, 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸਲੋਕ ਹੈਗਾ, ਪਵਨ ਗੁਰੂ ਪਾਣੀ ਪਿਤਾ, ਤੁਸੀਂ ਉਸ ਦਾ ਜ਼ਿਕਰ ਕਰਦੇ ਹੋ ਹਮੇਸ਼ਾ, ਇਸ ਪਾਵਨ ਮੌਕੇ ਕੀ ਕਹਿਣਾ ਚਾਹੁੰਦੇ ਹੋ? ਸਾਰੇ ਵਿਸ਼ਵ ਨੂੰ ਅਖੇਲੇ ਸਗਲ ਸਨ, ਉਹਨੂੰ ਗੁਰੂ ਕਿਹਾ, ਬਾਣੀ ਨੂੰ ਪਿਤਾ, ਧਰਤੀ ਨੂੰ ਮਾਤਾ। ਇਹ ਤਿੰਨਾਂ ਚੀਜ਼ਾਂ, ਇਹ ਅਨਮੋਲ ਦਾਤਾ, ਪਾਣੀ ਕੋਈ ਬਣਾ ਨਹੀਂ ਸਕਦਾ। ਮਿੱਟੀ ਇੱਧਰੋਂ ਚੱਕ ਕੇ ਇੱਧਰ ਪਾ ਸਕਦੇ ਹਾਂ, ਮਿੱਟੀ ਬਣਾ ਨਹੀਂ ਸਕਦਾ। ਹਵਾ ਕੋਈ ਬਣਾ ਨਹੀਂ ਸਕਦਾ। ਜਿਹੜੀ ਨੇਚਰ ਆ, ਜਿਹਨੇ ਸਾਡੇ ਵੱਡਿਆਂ ਨੂੰ ਵੀ ਜੀਵਨ ਦਿੱਤਾ, ਅਸੀਂ ਵੀ ਜੀ ਰਹੇ, ਇਹਨੇ ਕਾਹ ਵੀ ਜਾਣਾ? ਅਤੇ ਜੇ ਅਸੀਂ ਨੇਚਰ ਨਾਲੋਂ ਟੁੱਟ ਗਏ, ਨੇਚਰ ਗੁਰਬਾਣੀ ਸਾਨੂੰ ਨੇਚਰ ਨਾਲ ਜੋੜਦੀ, ਪਵਨ ਨਾਲ ਤੁਹਾਡਾ ਰਿਸ਼ਤਾ ਗੁਰੂ ਦਾ, ਪਵਨ ਨੂੰ ਗੱਲਾਂ ਕਰੋਗੇ ਸਮਝ ਲਓ ਗੁਰੂ ਦੀ ਆਗਿਆ ਤੋਂ ਵਿਰੁੱਧ ਕਿਸੇ ਤਰ੍ਹਾਂ ਵੀ ਕਰੋ, ਪਾਣੀ ਤੋਂ ਆਉ ਕਰਕੇ ਕਰੋ, ਅੱਗ ਲਾ ਕੇ ਪਰਾਲੀ ਨੂੰ ਪਲਾਸਟਿਕ ਛੱਡ ਕੇ ਕਰੋ, ਉਹ ਗਲਤ ਹੈ। ਫਿਰ ਅਸੀਂ ਪਾਣੀ ਨਦੀਆਂ ਦਰਿਆਵਾਂ ਵਿੱਚ ਗੰਦਾ ਪਾਵਾਂਗੇ, ਗੰਦਗੀ ਸੁੱਟਾਂਗੇ, ਉਹ ਸਮਝ ਲਓ ਬਾਪੂ ਦਾ ਵੀ ਹੱਥ ਜਾਂਦਾ। ਜੇ ਧਰਤੀ ਨੂੰ ਅਸੀਂ ਗੰਦਾ ਕਰਦੇ ਹਾਂ, ਉਹਦੀ ਖੁਰਾਕ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਖਾਣੀ ਹੈ। ਸੋ ਅਸੀਂ ਇਹ ਜਿਹੜੇ 50 ਸਾਲ ਪਿਛਲੇ ਸੀ, ਪਿਛਲੇ 50 ਸਾਲਾਂ ਜਦੋਂ ਬਣਾਇਆ ਸੀ, ਉਸ ਵੇਲੇ ਪੰਜਾਬ ਦੇ ਪਾਣੀ ਨਹੀਂ, ਭਾਰਤ ਦੇ ਪਾਣੀ ਸਾਰੇ ਸ਼ੁੱਧ ਸੀ, ਭਾਰਤ ਦੇ ਸਾਰੇ ਪਾਣੀ ਸ਼ੁੱਧ ਸੀ। ਉਸ ਵੇਲੇ ਹਵਾ ਵੀ ਸ਼ੁੱਧ ਸੀ ਅਤੇ ਧਰਤੀ ਵੀ ਪਵਿੱਤਰ ਸੀ। ਲੋਕ ਦੂਸਰੀ ਖਾਦ ਬਿਲਕੁਲ ਨਹੀਂ ਸੀ ਪਾਉਂਦੇ। ਉਸ ਵੇਲੇ ਯੂਨੀਵਰਸਿਟੀ ਵਾਲਿਆਂ ਨੇ ਖਾਦ ਪਾਉਣੀ ਸਿਖਾਈ, ਲੋਕਾਂ ਦੇ ਚੋਰੀ ਖੇਤਾਂ ਵਿੱਚ ਸੁੱਟਦੇ ਸੀ, ਫਿਰ ਅਗਲੇ ਨੂੰ ਦੱਸਦੇ ਵੀ ਤੁਹਾਡੇ ਇੱਥੇ ਖਾਦ ਪਾਈ ਸੀ, ਇੰਨੀ ਵਧੀਆ ਹੋਈ, ਕਿਉਂਕਿ ਜੋ ਫਿਰ ਉਹ ਦੁਸ਼ਹਿਰਾ ਸ਼ੁਰੂ ਹੋਈ। 50 ਸਾਲਾਂ ਦੇ ਵਿੱਚ ਅਸੀਂ ਇੰਨਾ ਸਭ ਕੁਛ ਮਾੜਾ ਕਰਤਾ, ਕਿਉਂਕਿ ਇਹ ਜਿਹੜਾ ਤਰੱਕੀਆਂ ਬਹੁਤ ਕੀਤੀਆਂ, ਮੰਗਲ ਤੱਕਰ ਪਹੁੰਚ ਗਏ। ਜਦੋਂ 500 ਸਾਲਾਂ ਮਨਾਇਆ ਸੀ, ਕਿਸੇ ਦੇ ਘਰ ਫਰਿੱਜ ਨਹੀਂ ਸੀ, ਘੜਾ ਸੀ, ਕਿਸੇ ਦੇ ਘਰ ਕਾਰ ਗੱਡਾ, ਕਾਰ ਟਰੈਕਟਰ, ਪੱਖਾ, ਹੈਂਡ ਫੈਨ ਸੀ ਉਸ ਵੇਲੇ, ਪੱਖਾ ਨਹੀਂ ਸੀ ਕਿਸੇ ਕੋਲ, ਫੋਨ, ਇੰਟਰਨੈਟ ਦੀ ਦੂਰੀ ਗੱਲ। ਉਸ ਵੇਲੇ ਜਿਹੜਾ ਦਿਹਾੜਾ ਮਨਾਇਆ, ਜਿਹੜੇ ਗੁਰੂ ਮਹਾਰਾਜ ਦੇ ਚਰਨਾਂ 'ਚ ਚਲੇ ਗਏ, ਉਹਨਾਂ ਨੇ ਦੇਖ ਲਿਆ, ਪ੍ਰਸ਼ਾਦ ਵੀ ਲੈ ਲਿਆ, ਉਹ ਤੋਂ ਬਾਹਰ ਆਏ ਜਿਹੜੇ ਕਿਸੇ ਨੂੰ ਨਹੀਂ ਪਤਾ ਕਿੱਦਾਂ ਮਨਾਇਆ, ਉਸ ਵੇਲੇ ਰਿਕਾਰਡਿੰਗ ਨਹੀਂ। ਅੱਜ ਤਾਂ ਹਰ ਗੱਲ ਨੂੰ ਆ ਤੁਸੀਂ ਇਹ ਵਿਸ਼ਵ ਦੇ ਵਿੱਚ ਦਿਖਾ ਰਹੇ, ਹਰ ਬੱਚਾ ਦੇਖ ਰਿਹਾ ਵੀ ਸੁਲਤਾਨਪੁਰ ਐਡਾ ਵੱਡਾ, ਬਹੁਤ ਵੱਡਾ ਪਰਿਵਰਤਨ ਹੈ, ਚੰਦਰਮਾ ਤੇ ਪਹੁੰਚ ਗਏ, ਮੰਗਲ ਤੇ ਪਹੁੰਚ ਗਏ, ਪਰ ਧਰਤੀ ਦੇ ਜਿਹੜੇ ਹੈਗੇ ਆ ਸਾਨੂੰ ਹਵਾ ਪਾਣੀ, ਉਹਨੂੰ ਅਸੀਂ ਪ੍ਰਦੂਸ਼ਿਤ ਕੀਤਾ, ਸਭ ਤੋਂ ਮਾੜਾ ਕੰਮ ਹੋਇਆ। ਮੈਨੂੰ ਇੱਕ ਬੜੀ ਤਕਲੀਫ ਹੋਈ ਇੱਥੇ ਆ ਕੇ ਬਤੌਰ ਪੰਜਾਬੀ, ਪੰਜਾਬ ਜਿਹਨੂੰ ਪੰਜਾਬ ਅਸੀਂ ਪੰਜ ਪਾਣੀਆਂ ਦੀ ਧਰਤੀ ਕਹਿੰਦੇ ਹਾਂ, ਜਿੱਥੋਂ ਜਿੱਥੇ ਪਾਣੀ ਦਾ ਵਹਿਣ ਇੰਨਾ ਕੁ ਹੈਗਾ ਕਿ ਅਸੀਂ ਹਰ ਇੱਕ ਦੀ ਪਿਆਸ ਸ਼ਾਂਤ ਕਰ ਸਕਦੇ ਹਾਂ, ਉੱਥੇ ਹੁਣ ਮੈਂ ਬਾਬੇ ਨਾਨਕ ਦੀ ਧਰਤੀ 'ਤੇ ਬੋਤਲਾਂ ਵਾਲਾ ਪਾਣੀ ਪੀ ਰਿਹਾ, ਸੰਗਤ ਵੀ ਬੋਤਲਾਂ ਵਾਲਾ ਪਾਣੀ ਪੀ ਰਹੀ ਹੈ, ਇਹ ਕੀ ਹੋ ਕੀ ਰਿਹਾ? ਇਹ ਉਹ ਨਾ ਕਿ ਜਿਹੜੇ ਪਾਣੀ ਅਸੀਂ ਕੁਦਰਤੀ ਸਾਨੂੰ ਦਿੱਤੇ ਸੀ, ਉਹਨਾਂ 'ਚ ਅਸੀਂ ਜ਼ਹਿਰਾਂ ਪਾ ਲਈਆਂ, ਬੋਤਲਾਂ ਵਾਲਾ ਪੀਣਾ ਪਊਗਾ। ਪੰਜਾਬ ਦੀ ਧਰਤੀ ਦੇ ਉੱਤੇ ਕੋਈ ਦੁੱਧ ਵੇਚਣਾ ਪਾਪ ਗਿਣਦਾ ਸੀ, ਵੀ ਦੁੱਧ ਵੇਚ ਲਿਆ ਤਾਂ ਪੁੱਤ ਵੇਚਦਾ, ਜੇ ਪਾਣੀ ਵਗਿਆ ਉਹਦੇ ਅਸੀਂ ਜ਼ਿੰਮੇਵਾਰ ਹਾਂ। ਜਿਹੜੇ ਪੀਣ ਵਾਲੇ ਪਾਣੀ ਸੀ ਨਦੀਆਂ ਦਰਿਆਵਾਂ 'ਚ, ਅਸੀਂ ਪਿੰਡਾਂ ਸ਼ਹਿਰਾਂ ਦੀ ਵੇਸਟ 'ਚ ਪਾਈ, ਇੰਡਸਟਰੀਅਲ ਵੇਸਟ 'ਚ ਪਾਈ, ਉਹ ਪਾਣੀ ਧਰਤੀ ਥੱਲੇ ਨੀਚੇ। ਹੁਣ ਉਹ ਜਿਹੜਾ ਗੰਦਾ ਪਾਣੀ ਹੈ, ਉਹਨੂੰ ਉਹ ਜਿੱਥੇ ਪੀਣ ਯੋਗ ਨਹੀਂ, ਉਹਨੂੰ ਬੋਤਲਾਂ ਵਾਲਾ ਹੀ ਪੀਣਾ ਪਊਗਾ, ਹੋਰ ਉਹ ਬਦਲ ਕੀ? ਅਸੀਂ ਤਾਂ ਪਾਣੀ ਦੀਆਂ ਛਬੀਲਾਂ ਲਾਉਂਦੇ ਸੀਗੇ, ਜਲ ਦੀਆਂ ਛਬੀਲਾਂ ਲਾਉਂਦੇ ਸੀ, ਹੁਣ ਅਸੀਂ ਪਾਣੀ ਦੇ ਵਿੱਚ ਜ਼ਹਿਰਾਂ ਪਾ ਰਹੇ। ਜਿਹੜੇ ਲੋਕ ਅੱਗੇ ਰਾਹ ਰੋਕ ਕੇ ਕਹਿੰਦੇ ਜਲ ਸਕੋ, ਹੁਣ ਤੁਸੀਂ ਦੇਖੀਏ ਮਾਲਵਾ ਦੇ ਲੋਕ ਅਤੇ ਰਾਜਸਥਾਨ ਦੇ 2.5 ਕਰੋੜ ਲੋਕ ਸਤਲੁਜ ਦਾ ਪਾਣੀ ਹਰੀਕੇ ਤੋਂ ਜਿਹੜੀਆਂ ਜਾਂਦੀਆਂ ਡਰੇਨਾਂ ਨਹਿਰਾਂ, ਉਹਨਾਂ ਰਾਹੀਂ ਪੀ ਰਹੇ ਹਾਂ, ਅਤੇ ਜਿਹਦੇ ਵਿੱਚ ਲੁਧਿਆਣਾ ਅਤੇ ਜਲੰਧਰ ਦਾ ਅਸੀਂ ਵੇਸਟ 'ਚ ਪਾਈ ਹੋਈ ਹੈ। ਅਸੀਂ ਆਪਣੀ ਵੇਸਟ 'ਚ ਦੂਜਿਆਂ ਨੂੰ ਪੀਣ ਲਈ ਮਜਬੂਰ ਕੀਤਾ ਹੋਇਆ, ਕਿੱਥੇ ਜਾਣ?
ਕਾਲਾ ਸੰਘਿਆ ਡਰੇਨ ਦੇ ਉੱਤੇ ਜਦੋਂ 50 ਸਾਲਾਂ ਮਿਲਾਇਆ ਸੀ ਉਦੋਂ ਡਰੇਨ ਹੀ ਹੈਨੀ ਸੀ। ਫਿਰ ਇੱਥੇ ਜਦੋਂ ਬਾਰਿਸ਼ਾਂ ਪਈਆਂ ਉਸ ਵੇਲੇ ਡਰੇਨ ਕੱਢੀ, ਉਸ ਵੇਲੇ ਖੁਦਾਈ ਕੀਤੀ, ਫਿਰ ਅੰਮ੍ਰਿਤ ਵਰਗਾ ਪਾਣੀ ਉਹ 'ਚ ਚੱਲਦਾ ਸੀ। ਪਰ ਅੱਜ ਉਹ ਕਾਲਾ ਸਿੰਘਾਂ ਡਰੇਨ ਇੱਕ ਲੰਘ ਬਣੀ ਹੋਈ ਹੈ, ਉੱਥੋਂ ਕੋਈ ਰਸਤਾ ਨਹੀਂ ਕਰਦਾ ਨੇੜੇ। ਅਤੇ ਤੁਸੀਂ ਕਾਲੀ ਵੇਈ ਨੂੰ, ਤੁਸੀਂ ਪਵਿੱਤਰ ਕਾਲੀ ਵੇਈ ਨੂੰ ਤੁਸੀਂ ਸਾਫ਼ ਕੀਤਾ ਸੀਗਾ, ਬਹੁਤ ਮਿਹਨਤਾਂ ਕੀਤੀਆਂ, ਤੁਸੀਂ ਬੜੇ ਸਾਲਾਂ ਤੋਂ ਇਸ ਪ੍ਰੋਜੈਕਟ ਨੂੰ ਚਲਾ ਰਹੇ ਹੋ, ਇਸ ਨੂੰ ਦੁਬਾਰਾ ਕਿਉਂ ਦੂਸ਼ਿਤ ਕੀਤਾ ਜਾ ਰਿਹਾ? ਦੁਬਾਰਾ ਕੁਛ ਹਜੇ ਰਹਿੰਦਾ ਵੀ ਹੈ ਜਿਹੜੇ ਹੈਗੇ ਕਰਨ ਵਾਲਾ, ਜਿਹੜਾ ਦੁਬਾਰਾ ਪ੍ਰਦੂਸ਼ਿਤ ਕਰਨਾ ਉਹ ਤਾਂ ਸਮਝ ਲਓ ਅਸੀਂ ਜਿਹੜੀ ਆਪਾਂ ਕਹਿ ਲਈਏ ਵੀ ਕਿਸੇ ਨੂੰ ਕਹੋ ਵੀ ਧੱਕੇ ਨਾ ਮੈਂ ਕਰਦਾ, ਉਹਦਾ ਬਾਈ ਲਾ ਹੁਣ ਇਹ ਸਾਰਾ ਕੁਛ ਹਟ ਜਾਣਾ, ਜੇ ਕੋਈ ਇਹਨੂੰ ਧੱਕੇ ਨਾ ਵੀ ਕਰਦਾ ਉਹ ਵੀ ਹਟ ਜਾਣਾ। ਹੁਣ ਬਹੁਤ ਚਿਰ ਇੰਤਜ਼ਾਰ ਦੀ ਲੋੜ ਨਹੀਂ, ਸੁਪਰੀਮ ਕੋਰਟ ਨੇ ਕਹਿ ਦਿੱਤਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਹਿ ਦਿੱਤਾ ਕਿ ਸਭ ਤੋਂ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਰਾਈਟ ਟੂ ਲਿਵ, ਉਹ ਤੁਹਾਨੂੰ ਵੀ ਮਿਲਿਆ, ਸਾਨੂੰ ਵੀ ਮਿਲਿਆ, ਇਹਨਾਂ ਨੂੰ ਵੀ ਮਿਲਿਆ, ਇਹਨਾਂ ਜੀਵ ਜੰਤੂਆਂ ਨੂੰ ਮਿਲਿਆ, ਇੰਨੀਆਂ ਮੱਛੀਆਂ ਮਾਰ, ਜਲਚਰ ਜੀਵਾਂ ਨੂੰ ਵੀ ਮਿਲਿਆ, ਇਹ ਸਾਰਾ ਕਿਸੇ ਨੂੰ ਜਿਹੜਾ ਜਿਉਣ ਦਾ ਹੱਕ ਹੈ ਸਾਡਾ ਲੋਕਾਂ ਦਾ ਅਧਿਕਾਰ ਹੈ ਅਤੇ ਸਰਕਾਰ ਦੀ ਡਿਊਟੀ ਹੈ। ਪਰ ਰੌਲਾ ਇਹ ਵੀ ਲੋਕ ਵਿਛੜੇ, ਲੋਕਾਂ ਨੇ ਹਜੇ ਤੱਕ ਇਹ ਨਹੀਂ ਕਿਹਾ ਵੀ ਸਾਡਾ ਤਾਂ ਹੱਕ ਬਣਦਾ, ਅਸੀਂ ਤਾਂ ਭੀਖ ਮੰਗਣ ਡੇ, ਸਾਰੇ ਸਰਕਾਰ ਕੋਲ ਭੀਖ ਮੰਗਦੇ ਸਾਨੂੰ ਆਹ ਦਿਓ, ਇਹ ਨਹੀਂ ਕਹਿੰਦੇ ਵੀ ਸਾਨੂੰ ਹੱਕ ਦਿਓ, ਸ਼ੁੱਧ ਹਵਾ ਸ਼ੁੱਧ ਪਾਣੀ, ਸਾਨੂੰ ਹਸਪਤਾਲ ਜਾਣ ਦੀ ਲੋੜ ਹੀ ਨਹੀਂ। ਜੋ ਇਹ ਸਾਡੀ ਸੋਚ, ਸੰਵਿਧਾਨਿਕ ਹੱਕ, ਗੁਰੂ ਦੇ ਬਚਨ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨ ਲਈਏ ਵੀ ਅਸੀਂ ਹਵਾ ਪਾਣੀ ਧਰਤੀ ਇਹਨੂੰ ਪ੍ਰਦੂਸ਼ਿਤ ਨਹੀਂ ਕਰਨਾ, ਸੰਵਿਧਾਨ ਦੀ ਮੰਨ ਲਈਏ ਜਾਂ ਵਿਗਿਆਨਕ ਸੋਚ ਬਣਾ ਲਈਏ। ਵਿਗਿਆਨ ਇਹ ਤਾਂ ਨਹੀਂ ਕਹਿੰਦੀ ਗੰਦੇ ਪਾਣੀ ਪਾ ਕੇ ਮਗਰ ਪੀ ਜਾਓ, ਨਾ ਅਸੀਂ ਵਿਗਿਆਨਕ ਸੋਚ ਨੂੰ ਅਪਣਾਇਆ, ਨਾ ਸੰਵਿਧਾਨ ਨੂੰ ਫਾਲੋ ਕੀਤਾ ਅਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਫਾਲੋ ਕੀਤਾ, ਇਸੇ ਕਰਕੇ ਜਿਹੜਾ ਹੈ ਸਾਰਾ ਕੁਛ ਹੋਇਆ। ਆਹ ਵੇਈ ਦੇ ਉੱਤੇ ਆਪਾਂ ਜੇ ਦੇਖ ਰਹੇ ਪਾਣੀ ਪੀਣ ਯੋਗ ਆਪਾਂ ਪੀ ਸਕਦੇ, ਅੰਮ੍ਰਿਤਾ ਜਲ, ਕਿਉਂਕਿ ਇਹਦੇ ਉੱਤੇ ਬਹੁਤ ਪਾਣੀ ਰੁਕ ਗਿਆ, ਬਿਲਕੁਲ ਥੋੜਾ ਪਾਣੀ। ਥੋੜਾ ਸਾਇੰਟਿਫਿਕ ਤੁਹਾਡੇ ਤੋਂ ਸਮਝ ਲਵਾਂ, ਸਾਇੰਟਿਫਿਕ ਥੋੜਾ ਜਿਹਾ ਸਮਝ ਲਵਾਂ ਤੁਹਾਡੇ ਤੋਂ, ਇਹਦਾ ਟੀਡੀਐਸ ਕਿੰਨਾ? 125 ਟੀਡੀਐਸ ਹੋ ਆਪਾਂ ਮਿਲ ਲਈ ਨੇ, ਦਿਖਾ ਦਿੰਦੇ ਤੁਹਾਨੂੰ 125 ਦੀ, ਇਹ ਤੋਂ ਵੱਧ ਨਹੀਂ ਹੋ ਘੱਟ ਹੀ ਹੋ। ਤੇ ਤੁਹਾਡਾ ਜੇ 125 ਟੀਡੀਐਸ ਵਾਲਾ ਇਹ ਮਾਡਲ ਹੈਗਾ ਸੀਚੇਵਾਲ ਮਾਡਲ, ਉਸ ਮਾਡਲ ਨੂੰ ਸਰਕਾਰਾਂ ਅਪਣਾਉਣ ਨੂੰ ਤਿਆਰ ਕਿਉਂ ਨਹੀਂ ਹੈਗੀਆਂ? ਇਹ ਤਾਂ ਸਰਕਾਰਾਂ ਹੀ ਹੈ, ਇਹਦੇ ਵਿੱਚ ਜਿਹੜਾ ਹੈਗਾ ਸਾਰੇ ਹਿੱਤਕੇ ਨੇ, ਜੇ ਬੁੱਢੇ ਨਾਲੇ ਦੇ ਵਿੱਚ ਵੀ ਪਾਣੀ ਛੱਡਿਆ ਕੋਈ ਹੁਣ ਛੱਡਣਾ ਉਹਦੀ ਵੀ ਵਧੂਗਾ, ਪਰ ਜਿਹੜਾ ਗੰਦਾ ਪਾਣੀ ਪੈ ਰਿਹਾ ਉਹਦਾ ਨਹੀਂ, ਇਹਦੇ ਵਿੱਚ ਹੁਣ ਜੇ ਕਹਿ ਰਹੀ ਪਾਣੀ ਸ਼ੁੱਧ ਵਗ ਰਿਹਾ ਅਤੇ ਜਿਹੜੇ ਗੰਦੇ ਪਾਣੀ ਆ ਉਹਨਾਂ ਨੂੰ ਕੋਈ ਫਰਕ ਨਹੀਂ, ਉਹ ਕਾਨੂੰਨ ਦੀ ਉਲੰਘਣਾ ਕਰ ਰਹੇ, ਜਿਹੜਾ ਪੈ ਰਿਹਾ ਉਹ ਵੀ ਨਹੀਂ ਹੋਣਾ ਚਾਹੀਦਾ। ਸਾਨੂੰ ਚਾਹੀਦਾ ਸੀ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਇਹ ਡਿਕਲੇਅਰ ਕਰ ਦੇ ਵੀ ਅਸੀਂ ਟੋਟਲ ਪਾਣੀ ਬੰਦ ਕਰ ਦਿੰਦੇ, ਜਿੱਥੇ ਮਰਜ਼ੀ ਜਾਓ, ਤੁਹਾਨੂੰ ਕਹਿੰਦੇ ਵੀ ਆਓ ਜਾ ਕੇ ਤਾਂ ਦੱਸੋ ਕਿੱਥੇ ਪਾਣੀ ਪੈ ਰਿਹਾ। ਦੁਨੀਆਂ 'ਚ ਝੰਡਾ ਕੱਢਦੇ ਪੰਜਾਬ ਦਾ ਨਾਮ ਆਉਂਦਾ, ਬਾਬੇ ਨਾਨਕ ਦੇ ਸਿੱਖਾਂ ਨੇ ਸਿੱਖ ਰਾਜ ਦੇ ਵਿੱਚ ਇੱਕ ਵੇਈ ਨੂੰ ਵੇਈ ਦੇ ਉੱਤੇ ਝੰਡਾ ਕੱਢਦਾ, ਹੁਣ ਅਸੀਂ ਸਾਰੇ ਉੱਤੇ ਕੱਢਾਂਗੇ, ਇਹੋ ਜਿਹੀ ਸੋਚ ਸਾਡੇ 500 ਸਾਲ ਲੱਗੀ ਰਹਿੰਦੀ। ਪਰ ਅਫਸੋਸ ਅਸੀਂ 5-7 ਕਰੋੜ ਰੁਪਏ ਦਾ ਰਹਿੰਦੇ ਕਾਰਜੋ ਨਹੀਂ ਕਰ ਪਾਏ, ਜੇ ਕੁਝ ਪੈਸੇ ਲੱਗ ਕੇ ਇਹ ਸਾਰੀ ਚੀਜ਼ਾਂ ਦਰੁਸਤ ਹੋ ਸਕਦੀਆਂ, ਉਹਨੂੰ ਸਰਕਾਰਾਂ ਕਿਉਂ ਨਹੀਂ ਕਰਨਾ ਚਾਹੀਦਾ? ਇਹ ਤਾਂ ਉਹ ਦੱਸ ਸਕਦੇ ਆ, ਅਸੀਂ ਉਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਵੀਰ ਸਿੰਘ, ਅਸੀਂ ਉੱਥੇ ਭਲਾਣੇ ਦੀਆਂ ਕਲੋਨੀਆਂ ਗਏ ਵੀ ਸੀ, DDP ਉਹਨੂੰ ਕਿਹਾ ਸੀਗਾ ਵੀ ਪ੍ਰੈਪਾਲੀ ਦੇ ਦਿਓ, 1.5 ਕਨਾਲ ਸੀਗੀ, ਫਿਰ ਅਸੀਂ ਕਿਹਾ ਵੀ ਸਾਨੂੰ 2-3 ਕਨਾਲ ਠੇਕੇ 'ਤੇ ਲੈ ਦਿਓ, ਇੱਥੇ ਆਪਾਂ ਕਰੋੜਾਂ ਲਾ ਰਹੇ ਹਾਂ, ਉੱਥੇ ਆਪਾਂ ਨੂੰ 4 ਖੇਤ ਲੈ ਲਾਂਗੇ, ਅਸੀਂ ਜਿੱਦਣ ਤੱਕ ਨਵਾਂ ਟ੍ਰੀਟਮੈਂਟ ਪਲਾਂਟ ਨਹੀਂ ਲੱਗਦਾ ਉਹ ਕੰਮ ਕਰੂਗਾ, ਪਾਣੀ ਖੇਤੀ ਨਹੀਂ ਲਾਵਾਂਗੇ। ਪਰ ਅਫਸੋਸ ਨਹੀਂ ਮੰਨੇ, ਨਹੀਂ ਲੈ ਕੇ ਦਿੱਤੀ, ਉਹ ਹੋ ਸਕਦਾ ਸੀ। ਸਰਦਾਰਪੁਰ ਦਾ ਪਾਣੀ ਹੈ ਤੁਸੀਂ ਅਜੇ ਵੀ ਦੇਖ ਕੇ ਦੇਖੋ ਜਾ ਕੇ ਪੈ ਰਹੇ ਹੋ, ਕਿਉਂਕਿ ਉਹ ਬਹੁਤ ਚਿਰ ਦੇ ਅਸੀਂ ਕਹਿ ਰਹੇ ਹਾਂ, ਇੱਕ ਟ੍ਰੀਟਮੈਂਟ ਪਲਾਂਟ ਲੱਗਣਾ ਸੀ ਉਹ ਲਾਇਆ ਨਹੀਂ, ਜਿਹੜਾ ਲੱਗਦਾ ਵਾ ਉਹਦੀ ਕਮੇਟੀ ਅਨੁਸਾਰ ਉਹ ਚੱਲ ਨਹੀਂ ਰਿਹਾ, 3 ਮੋਟਰਾਂ ਚਾਹੀਦੀਆਂ, ਉਹਦੇ 2 ਮਹਾਂ ਚੱਲਦੀਆਂ, ਪਾਣੀ ਹੁਣ ਸਮਾਗਮ ਕਰਕੇ ਵੀ ਵੱਧ ਗਿਆ। ਟ੍ਰੀਟਮੈਂਟ ਪਲਾਂਟ ਲੱਗ ਨਹੀਂ ਰਹੇ ਜਾਂ ਅਸੀਂ ਲਾਉਣਾ ਨਹੀਂ ਚਾਹੁੰਦੇ? ਲੱਗ ਵੀ ਨਹੀਂ ਰਹੇ, ਚੱਲ ਵੀ ਨਹੀਂ ਰਹੇ, ਜਿਹੜੇ ਲੱਗੇ ਕਪੂਰਥਲੇ ਦਾ ਨਹੀਂ ਚੱਲ ਰਹੇ, ਉਹ ਕੋਈ ਪੈਰਾਮੀਟਰ ਪੂਰੇ ਨਹੀਂ ਕਰਦੇ, ਹੁਣ ਇਹ ਤਾਂ ਸਰਕਾਰਾਂ ਜਵਾਬ ਦੇਣ। ਅਸੀਂ ਤਾਂ ਬੇਨਤੀਆਂ ਕਰਕੇ, ਸਾਡੇ ਕੋਲ ਐਡਾ ਇਹ ਜਿਹੜੇ ਲਿਖ ਲਿਖ ਕੇ ਨਾ ਐਡਾ ਵੱਡਾ ਬੰਡਲ ਹੋਇਆ,
ਵੱਖ ਵੱਖ ਸਮੇਂ ਤੇ ਕੋਈ ਨੀ ਛੱਡਿਆ ਰਾਸ਼ਟਰਪਤੀ ਜ਼ਿਕਰ ਕਿਤੇ ਕੋਈ ਕਹੇ ਮੈਨੂੰ ਪਤਾ ਹੀ ਨੀ ਸੀ ਬਾਬਾ ਜੀ ਜਿਹੜੀ ਗੱਲ ਕਹਿ ਰਹੇ ਇੱਥੇ ਰਾਸ਼ਟਰਪਤੀ ਵੀ ਆਏ ਕਲਾਮ ਸਾਹਿਬ ਉਮਾ ਭਾਰਤੀ ਜੀ ਨੇ ਵੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਹੈ ਹੋਰ ਵੀ ਬਿਹਾਰ ਦੇ ਮੁੱਖ ਮੰਤਰੀ ਹੋਰ ਕਿੰਨੇ ਤੁਹਾਡੇ ਕੋਲ ਸਾਰੀਆਂ ਸ਼ਿਕਸ਼ਿਤਾਂ ਆਈਆਂ ਤੁਹਾਡੇ ਮਾਡਲ ਬਾਰੇ ਸਾਰੇ ਗੱਲ ਕਰਕੇ ਗਏ ਆ ਉਹਨਾਂ ਨੇ ਕਿੰਨਾ ਕੁ ਅਪਣਾਇਆ ਉਸ ਨੂੰ ਕਿਉਂਕਿ ਮੈਨੂੰ ਯਾਦ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਦੂਸਰੀ ਵਾਰੀ ਆਏ ਉਹਨਾਂ ਨੇ ਉਹ ਵੀ ਗੱਲ ਕੀਤੀ ਵੀ ਅਸੀਂ ਇਹਨੂੰ ਸਾਰੇ ਅਪਣਾਉਣਾ ਦੋਵੇਂ ਉਹਨਾਂ ਨੇ ਡਿਊਟੀ ਵੀ ਲਾਈ ਸੀ ਫਿਰ ਹਰਿਆਣੇ ਦੇ ਵਿੱਚ ਕਾਫੀ ਲਾਗੂ ਕਰ ਰਹੇ ਗੰਗਾ ਦੇ ਉੱਤੇ ਕਹਿੰਦੇ ਗੰਗਾ ਦੇ ਵਿੱਚ ਮੈਂ ਜਿੰਨੀ ਸਾਡੇ ਕੋਲ ਜਾਣਕਾਰੀ ਹੈਗੀ ਹੈ 1600 ਤੋਂ ਵੱਧ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਕਿ ਗੰਗਾ ਦੀ ਸਫਾਈ ਦੇ ਸਾਡੇ ਨਾਲ ਗੱਲ ਹੀ ਨਹੀਂ ਹੋਈ ਤੋਂ ਹੀ ਦੱਸ ਸਕਦੇ ਕਿੰਨਿਆਂ ਤੇ ਲਾਗੂ ਕੀਤਾ ਕਿੰਨੇ ਤੋਂ ਨਹੀਂ ਸਾਨੂੰ ਜੋ ਸੱਦਿਆ ਸੀ ਉਹ ਕਹਿੰਦੇ 1600 ਸਦੀ ਜੀ ਤੁਸੀਂ ਲਾਗੂ ਕਰਨਾ ਚਾਹੁੰਦੇ ਕਿੰਨਾ ਕਰ ਪਾਏ ਜਾਂ ਨਹੀਂ ਕੀਤਾ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਅੱਛਾ ਤੁਹਾਨੂੰ ਲੱਗਦਾ ਵੀ ਗੰਗਾ ਦੀ ਸਫਾਈ ਸੀਚੇਵਾਲ ਮਾਡਲ ਨਾਲ ਹੋ ਸਕਦੀ ਹੈ ਸਾਰੀਆਂ ਚੀਜ਼ਾਂ ਤਾਂ ਇਹ ਕਿ ਆਪਣਾ ਰੀਯੂਜ਼ ਕਰ ਰਹੇ ਸਭ ਤੋਂ ਵੱਡਾ ਜਿੱਦਾਂ ਰੀਸਾਈਕਲ ਕਰੋ ਸਾਡੀ ਦੁਨੀਆਂ 'ਤੇ ਵੀ ਜਿਹੜਾ ਟ੍ਰੀਟ ਕਰਕੇ ਇਹਨੂੰ ਖੇਤੀ ਲਈ ਵਰਤ ਲਓ ਇਹ ਸਾਰੇ ਲਾਗੂ ਹੋ ਸਕਦੀ ਹੈ ਇੱਕ ਸ਼ਹਿਰ 'ਚੋਂ ਗੰਦੇ ਪਾਣੀ ਦੀ ਨਹਿਰ ਨਿਕਲਦੀ ਟ੍ਰੀਟ ਹੋ ਕੇ ਲੱਖਾਂ ਖੇਤ ਜਿਹੜੇ ਹੈਗੇ ਲੁਧਿਆਣੇ ਦੇ ਪਾਣੀ ਦੇ ਨਾਲ ਭਰ ਸਕਦੇ ਆ ਲੋੜ ਹੀ ਨਹੀਂ ਸਾਨੂੰ ਧਰਤੀ ਥੱਲੋਂ ਪਾਣੀ ਕੱਢਣ ਦੀ ਲੋੜ ਟ੍ਰੀਟ ਕਿਸਾ ਪਾਣੀ ਜ਼ਿਮੀਦਾਰ ਨੂੰ ਕੋਈ ਵੱਢਦਾ ਗੰਦਾ ਪਾਣੀ ਵਾੜਾ ਪੀਣ ਲਈ ਵੀ ਮਾੜਾ ਖੇਤੀ ਲਈ ਵੀ ਮਾੜਾ ਟ੍ਰੀਟ ਕੀਤਾ ਅਸੀਂ ਪਾਣੀ ਸਾਰੇ ਪਿੰਡਾਂ ਦੇ ਵਿੱਚ ਲਾਗੂ ਕਰ ਲਈਏ 2000 ਤੋਂ ਵੱਧ ਛੱਪੜਾਂ 20,000 ਤੋਂ ਵੱਧ ਅਸੀਂ ਉਹਨਾਂ ਛੱਪੜਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਣੀ ਵੀ ਚੱਲ ਸਕਦੇ ਪਰ ਲੋੜ ਤਾਂ ਹੈ ਕਿ ਹਰ ਪਿੰਡ ਵਿੱਚ ਹੋਵੇ ਪੰਜਾਬ ਸਰਕਾਰ ਅਪਣਾ ਵੀ ਰਹੀ ਹੈ ਕਾਫੀ ਪਿੰਡਾਂ ਦੇ ਵਿੱਚ ਪੰਜ ਪਿੰਡ ਹਰ ਬਲਾਕ 'ਚ ਕਰ ਰਹੀ ਹੈ ਆਉਣ ਵਾਲੇ ਸਮੇਂ 'ਚ ਇੱਥੇ ਰਿਜ਼ਲਟ ਦਿਸਣਗੇ ਕਿਉਂਕਿ ਜੋ ਕੁਛ ਵੀ ਹੈ ਸਾਹਮਣੇ ਸਾਡੇ ਕਿਹੜਾ ਕੋਈ ਲੁਕੋ ਕੇ ਰੱਖਿਆ ਜਿਹੜਾ ਕੋਈ ਜਿਹਨੂੰ ਕੋਈ ਕੁਐਸਚਨ ਹੋਵੇ ਸਾਨੂੰ ਪੁੱਛੋ ਪਾਣੀ ਦੀ ਕੁਆਲਿਟੀ ਤੇ ਜੇ ਕੁਛ ਵੀ ਆ ਉਹ ਅਸੀਂ ਜਵਾਬ ਦੇ ਦਿੰਦੇ ਇਸ ਪਾਣੀ ਦਾ ਸਨਮਾਨ ਹੋ ਰਿਹਾ ਪੰਜਾਬ ਦੇ ਵਿੱਚ ਤੇ ਪਾਣੀ ਜਿਹੜਾ ਹੈਗਾ ਸਨਮਾਨ ਵਾਲੀ ਗੱਲ ਹੋਵੇ ਫਿਰ ਮੁੰਡਾ ਰੁਕ ਜਾਣਾ ਸੀ ਗੰਦਗੀ ਨਹੀਂ ਸੀ ਪੈਣੀ ਫਿਰ ਟੁੱਕ ਟੱਪ ਨਾਲੇ 'ਚ ਰੁਕ ਜਾਣਾ ਸੀ ਫਿਰ ਜਿਹੜੇ ਅੱਗੇ ਜਿੰਨੇ ਨਗਰ ਜਿਹੜੇ ਹੈਗੇ ਆ ਜਿਹੜੀ ਉਹ ਡਰੇਨ ਹੈਗੀ ਆ ਜਮਨਾ ਠੀਕ ਹੋ ਜਾਣੀ ਸੀ ਗੰਗਾ ਠੀਕ ਹੋ ਜਾਣੀ ਸੀ ਪਰ ਅਫਸੋਸ ਆ ਕਿ ਸਾਡਾ ਅਜੇ ਧਿਆਨ ਹੀ ਨਹੀਂ ਉਤਰ ਗਿਆ ਇਹਨਾਂ ਕੰਮਾਂ ਦੇ ਉੱਤੇ ਪੈਸੇ ਲੱਗਣ ਵਾਲੇ ਨਹੀਂ ਸਗੋਂ ਇਹਦੇ ਨਾਲ ਸੈਂਕੜੇ ਗੁਣਾ ਸਾਨੂੰ ਮਿਲਣ ਵਾਲੇ ਆ ਜੇ ਸੋਲਟ ਵੇਟ ਸੰਭਾਲ ਲਾਂਗੇ ਸਾਡੀ ਖਾਦ ਬਚ ਗਈ ਜਿੱਥੇ ਖਰਚ ਕਰਦੇ ਹਾਂ ਬਾਹਰੋਂ ਮੰਗਾਉਂਦੇ ਹਾਂ ਜੇ ਪਾਣੀ ਸੰਭਾਲ ਲਾਂਗੇ ਸਾਨੂੰ ਪਾਣੀ ਇਹੋ ਜਿਹੇ 70 ਰੁਪਏ ਤੇਲ 100 ਰੁਪਈਏ ਪਾਣੀ ਵਿਕਣ ਡਿਆ ਅਸੀਂ ਜ਼ਰੂਰ ਤੇਲ ਲੈਣਾ ਤੇਲ ਦੇ ਭਾਅ ਅਸੀਂ ਪਾਣੀ ਦੇ ਸਕਦੇ ਅਤੇ ਸਾਡੇ ਕੋਲ ਵਾਧੂ ਆ ਅਸੀਂ ਜ਼ਰੂਰ ਇਹ ਤੇਲ ਨੂੰ ਦੇ ਕੇ ਪਾਣੀ ਦੇ ਕੇ ਤੇਲ ਲੈ ਸਕਦੇ ਪਰ ਅਸੀਂ ਸੰਭਾਲ ਹੀ ਨਹੀਂ ਰਹੇ ਪਹਿਲਾਂ ਸ਼ਹਿਰ ਬਣਾ ਰਹੇ ਹਾਂ ਮਗਰੋਂ ਕਹਿੰਦੇ RO ਲਾਓ RO ਵਾਲਾ ਪਾਣੀ ਵੀ ਸਿਹਤ ਲਈ ਮਾੜਾ ਉਹਦੇ ਵਿੱਚੋਂ ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਬਹਿਨੇ ਪਾਏ ਚੀਜ਼ ਖਰਾਬ ਹੋ ਗਈ ਫਿਰ ਪੁੰਨਦੇ ਹਾਂ ਉਹਦੇ ਵਿੱਚੋਂ ਜਦੋਂ ਅਸੀਂ ਕੱਢਦੇ ਤਾਂ ਸਾਰੇ ਤੱਤ ਜਿਹੜੇ ਹੈਗੇ ਆ ਜ਼ਿਆਦਾ ਜਿਹੜੇ ਹੈਗੇ ਆ ਉਹ ਨਿਕਲ ਜਾਂਦੇ ਆ ਉਹ ਪਾਣੀ ਜਿਹੜਾ ਹੈਗਾ ਜਿਹੜੇ ਤੱਤ ਸਾਡੇ ਸਰੀਰ ਨੂੰ ਚਾਹੀਦੇ ਆ ਉਹਨਾਂ ਨੂੰ ਨਹੀਂ ਮਿਲਦੇ ਸੋ ਉਹਦੇ ਨਾਲ ਵੀ ਉਹ ਇਹ ਪਾਣੀ ਜਿਹੜਾ ਨੈਚੁਰਲੀ ਪਾਣੀ ਹੈ ਇਹ ਸਭ ਤੋਂ ਵਧੀਆ ਸਿਹਤ ਵਾਸਤੇ ਜਿੱਦਾਂ ਵਗ ਰਿਹਾ ਦਰਿਆ ਦਾ ਪਾਣੀ ਇਹਦੋਂ ਵਧੀਆ ਕੋਈ ਪਾਣੀ ਨਹੀਂ ਤੁਸੀਂ ਕਿਹਾ ਵੀ ਪਾਣੀ ਦਾ ਸਨਮਾਨ ਅਸੀਂ ਨਹੀਂ ਕਰ ਪਾ ਰਹੇ ਤੇ ਸੀਚੇਵਾਲ ਸਾਹਿਬ ਨੂੰ ਸਨਮਾਨ ਲਈ ਸੱਦਿਆ ਜਾਂਦਾ ਤੇ ਸੀਚੇਵਾਲ ਸਾਹਿਬ ਮਨਾ ਕਰ ਦਿੰਦੇ ਆ ਵਜ੍ਹਾ ਨਹੀਂ ਉਹਦਾ ਇਹੀ ਵਜ੍ਹਾ ਹੈ ਕਿ ਭਾਈ ਸਾਡਾ ਸਨਮਾਨ ਹੋਊਗਾ ਅਸੀਂ ਖੁਸ਼ੀ ਟੂ ਮੋਟਾਂਗੇ ਜਿੱਦਣ ਬੁੱਢਾ ਨਾਲਾ ਪੈਣਾ ਹੋੜ ਗਿਆ 7 ਵਜੇ ਹੋ ਗਏ ਸਾਡਾ ਸਨਮਾਨ ਹੋ ਗਿਆ ਸਾਡੀ ਜਿਹੜੀ ਕਾਲਾ ਸਿੰਘ ਡਰੇਨ ਬੰਦ ਹੋ ਗਈ ਵੇਈ 'ਚ ਪੈਣੋ ਗੰਦੇ ਪਾਣੀ ਬੰਦ ਹੋ ਗਏ ਅਸੀਂ ਸਮਝ ਲਓ ਵੀ ਸਰਕਾਰ ਨੇ ਸਾਡਾ ਸਾਰਾ ਸਨਮਾਨ ਸਮਝ ਲਿਆ ਲੋਕ ਤਾਂ ਪੀਣ ਵਾਲੇ ਪਾਣੀ 'ਚ ਪਾ ਰਹੇ ਆ ਅਸੀਂ ਕਾਹਦਾ ਸਨਮਾਨ ਲੈਂਦੇ ਹਾਂ ਕਾਹਦਾ ਸਨਮਾਨ ਆ ਸਾਡਾ ਅਸੀਂ ਕੀ ਕੀਤਾ ਗੰਦੇ ਪਾਣੀ ਤੋਂ ਬੰਦ ਨਹੀਂ ਹੋਏ ਸਨਮਾਨ ਦਿੰਦੇ ਕਾ ਤੁਰੇ ਜਦੋਂ ਤੁਹਾਨੂੰ ਉਹਨਾਂ ਨੇ ਸੱਦਾ ਪੱਤਰ ਭੇਜਿਆ ਸੀ ਸਨਮਾਨ ਦਾ ਸੀਚੇਵਾਲ ਸਾਹਿਬ ਵੀ ਤੁਸੀਂ ਉੱਥੇ ਜਾ ਕੇ ਪ੍ਰੋਟੈਸਟ ਜਿਤਾਉਂਦੇ ਫਿਰ ਕਿਉਂ ਇਹ ਸ਼ਾਇਦ ਜ਼ਿਆਦਾ ਅਸਰ ਹੁੰਦਾ ਕਿਸੇ ਦੇ ਵਿਆਹ ਵਿੱਚ ਜਾ ਕੇ ਰੌਲਾ ਪਾਉਣਾ ਇੱਥੇ ਸ਼ੋਭਾ ਦਿੰਦਾ ਅਸੀਂ ਜਾ ਕੇ ਉੱਥੇ ਗੱਲਾਂ ਕਰੀਏ ਸਾਨੂੰ ਤੁਸੀਂ ਪੁੱਛਿਆ ਅਸੀਂ ਗੱਲ ਕੀਤੀ ਅਸੀਂ ਕਹਿਣ ਥੋੜ੍ਹਾ ਕਹਿ ਕਿਸੇ ਨੂੰ ਤੁਸੀਂ ਗੱਲ ਪੁੱਛੀ ਆ ਅਸੀਂ ਦੱਸੀਏ ਜੇ ਤੁਸੀਂ ਨਾ ਪੁੱਛਦੇ ਸਾਨੂੰ ਦੱਸਦੇ ਇਹ ਵੀ ਤਾਂ ਤੁਹਾਨੂੰ ਵੀ ਨਹੀਂ ਦੱਸਣੀ ਮੈਂ ਉੱਥੇ ਇੰਤਜ਼ਾਰ ਕਰਦਾ ਰਿਹਾ ਤੁਹਾਡਾ ਤੁਸੀਂ ਕਰਦੇ ਹੋਗੇ ਮੈਂ ਗੱਲ ਕਰਨੀ ਹੈ ਸਰਕਾਰ ਵੀ ਇੰਤਜ਼ਾਰ ਕਰਦੀ ਸੀ ਉਹ ਸਾਰੇ ਕਰਦੇ ਸੀ ਪਰ ਸਾਡਾ ਨਾਂ ਜਾਣਦਾ ਇੱਕ ਸੁਨੇਹਾ ਦੇਣਾ ਸੀ ਸੁਨੇਹਾ ਇਹ ਨਹੀਂ ਵੀ ਜਾ ਕੇ ਉੱਥੇ ਆਪਾਂ ਰੌਲਾ ਪਾਈਓ ਕਿਹੜੀ ਕਿਸੋਭਾ ਦਊਗਾ
ਜਿਹੜੀ ਗੱਲ ਆ ਸਾਡੇ ਅੰਦਰ ਤੁਸੀਂ ਪੁੱਛੀ ਆ, ਹੋਰ ਪੁੱਛੂਗਾ ਉਹਨੂੰ ਵੀ ਦੱਸਾਂਗੇ ਵੀ ਆਹ ਆਹ ਕਾਰਨ ਸੀ, ਹੋਰ ਕੋਈ ਕਾਰਨ ਨਹੀਂ ਸਾਡਾ, ਹੋਰ ਕਿਸੇ ਤੇ ਕੋਈ ਗੱਲ ਨਹੀਂ, ਕਿਸੇ ਤੇ ਕੋਈ ਗੱਲ ਨਹੀਂ। ਉਸ ਤੋਂ ਬਾਅਦ ਸਰਕਾਰ ਨੇ ਪੁੱਛਿਆ ਤੁਹਾਨੂੰ ਤੁਸੀਂ ਕਿਉਂ ਨਹੀਂ ਆਏ? ਚਲੋ ਸਰਕਾਰ ਦੇ ਵੀ ਕੰਮ ਆ ਉਹਨਾਂ ਬਾਬੇ ਹੀ ਗੱਲ, ਹੋਰ ਵੀ ਕਾਰਜ ਹੈਗੇ ਸਾਰਾ ਸਮਾਂ ਪੁੱਛਣ ਵਾਸਤੇ ਹੀ ਹੈ ਸਮਾਗਮ ਜਿਹੜੇ ਚੱਲ ਰਹੇ। ਚਲੋ ਥੋੜ੍ਹਾ ਜਿਹਾ ਮੈਂ ਸਵਾਲਾਂ ਤੋਂ ਹਟ ਕੇ ਮੈਂ ਇਸ ਕਾਲੀ ਵੇਈ ਦਾ ਇਤਿਹਾਸ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ। ਤੁਸੀਂ ਕਦੋਂ ਇਸ ਕਾਰਜ ਵਿੱਚ ਲੱਗੇ? ਕਾਲੀ ਵੇਈ ਦੇ ਨਾਲ ਪਵਿੱਤਰ ਸ਼ਬਦ ਜੁੜਿਆ ਅਤੇ ਪਵਿੱਤਰ ਸ਼ਬਦ ਤੋਂ ਬਾਅਦ ਅਸੀਂ ਦੂਸਰੇ ਸ਼ਬਦ ਜੋੜਨ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਕਾਲੀ ਵੇਈ ਦਾ ਇਤਿਹਾਸ ਕੀ ਹੈ ਅਤੇ ਇੱਥੋਂ ਸੁਲਤਾਨਪੁਰ ਲੋਧੀ ਦਾ ਮਤਲਬ ਹੈ ਕੀ ਹੈ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਹੜਾ ਰਸਤਾ ਕਰਤਾਰਪੁਰ ਖੁੱਲ੍ਹਾ ਉੱਥੇ ਖੇਤੀ ਕੀਤੀ, 18 ਸਾਲ ਰਹੇ, 14 ਸਾਲ 9 ਮਹੀਨੇ ਇਸ ਧਰਤੀ 'ਤੇ ਰਹੇ, 9 ਮਹੀਨੇ 13 ਦਿਨ, ਕਿਤੇ 13-13 ਦੀ ਗੱਲ ਹੋ ਰਹੀ ਹੈ, 13-13 ਦੀ ਗੱਲ। ਸੋ ਐਡਾ ਵੱਡਾ ਹੈ ਕਿ ਇੱਥੋਂ ਗੁਰਬਾਣੀ ਦਾ ਉਚਾਰਨ ਹੋਇਆ, ਇਹ ਮੂਲ ਮੰਤਰ ਸਥਾਨ ਜਿੱਥੋਂ ਮੈਂ ਜੋ ਬਾਹਰ ਨਿਕਲੇ, ਫਿਰ ਇਹ ਜਿੱਥੋਂ ਚੁੱਪੀ ਲਾਈ ਹੈ ਉਹ ਸਾਰੇ ਹੁਣ ਇੱਥੋਂ, ਕਿਉਂਕਿ ਇੰਨੀ ਵੇਈ ਦਾ ਵਿੱਚ ਉਹਦਾ ਸਫ਼ਰ ਆ ਬਾਬੇ ਦਾ। ਹੁਣ ਜਿਹੜੀ ਸਿੱਖ ਇਤਿਹਾਸ ਵਿੱਚ ਇਹਦੀ ਬਹੁਤ ਜ਼ਿਆਦਾ ਮਹੱਤਤਾ, ਇਹ ਤੋਂ ਵਧੀਆ ਜੇ ਆਪਾਂ ਕਹਿ ਲਈਏ ਵੀ ਜਿੱਦਾਂ ਮੁਸਲਮਾਨਾਂ ਵਾਸਤੇ ਮੱਕਾ, ਅਤੇ ਜੇ ਬੋਧੀ ਧਰਮ ਵਾਸਤੇ ਕਹਿ ਲਈਏ ਜੀ ਉਹਨਾਂ ਦਾ ਜਿਹੜਾ ਗਿਆ, ਅਤੇ ਸਿੱਖ ਧਰਮ ਦੇ ਵਿੱਚ ਇਹ ਅਸਥਾਨ ਆ ਜਿੱਥੇ ਰੱਬੀ ਬਾਣੀ ਆਈ, ਜੇ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ, ਜੋ ਅੱਜ ਸਾਨੂੰ ਰਸਤਾ ਦੱਸ ਰਿਹਾ ਉਹ ਬਾਣੀ ਦਾ ਉਚਾਰਨ ਇੱਥੇ ਹੋਇਆ। ਇਹਦਾ ਇੱਕ ਅਹਿਮ ਸਥਾਨ ਹਰ ਗੁਰਸਿੱਖ ਵਾਸਤੇ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ। ਅੱਜ ਸੰਸਾਰ ਚਿੰਤਾ ਦੇ ਵਿੱਚ, ਕਿਉਂ ਚਿੰਤਾ ਦੇ ਵਿੱਚ? ਅਸੀਂ ਬਾਬੇ ਨਾਨਕ ਦੀ ਗੱਲ ਨੂੰ ਮੰਨਿਆ, ਅਤੇ ਜੇ ਮੰਨ ਲਵਾਂਗੇ ਸਾਰਾ ਵਿਸ਼ਵ ਜਿਹੜਾ ਸੁਖੀ ਹੋ ਜੂਗਾ। ਉਹਨਾਂ ਨੇ ਕਿਸੇ ਇੱਕ ਨੂੰ ਸੰਦੇਸ਼ ਨਹੀਂ ਦਿੱਤਾ, ਖੇਲੇ ਸਗਲ ਜਗ ਤੋਂ ਸਾਰਾ ਵਿਸ਼ਵ ਜਿਹੜਾ ਸੁਖੀ ਬਚੇ। ਅਤੇ ਉਹਨਾਂ ਨਾਲ ਸਾਨੂੰ ਇਹ ਵੀ ਕਿਹਾ ਵੀ ਜਿੱਥੇ ਜਾਏ ਬਈਏ ਭਲਾ ਕਹੀਏ, ਜਿਹੜੀ ਵੀ ਤੁਸੀਂ ਧਰਤੀ 'ਤੇ ਰਹਿੰਦੇ ਉਹਦਾ ਭਲਾ ਸੁਖ ਪਹਿਲੇ ਹੀ ਆਉਂਦਾ। ਇਨਵਾਇਰਮੈਂਟ, ਹਵਾ, ਪਾਣੀ, ਧਰਤੀ, ਇਹਨੂੰ ਬਚਾਉਣਾ ਇਹ ਸਭ ਤੋਂ ਵੱਡੀ ਗੱਲ ਆ। ਇਹ ਭਾਰਤ ਵਿੱਚ ਵੀ ਲੋੜ ਆ, ਪਾਕਿਸਤਾਨ 'ਚ ਵੀ ਲੋੜ ਆ, ਜਰਮਨ 'ਚ ਵੀ ਲੋੜ ਆ, ਇੰਗਲੈਂਡ 'ਚ ਵੀ ਲੋੜ ਆ। ਜਿਹੜੀ ਗਲੋਬਲ ਵਾਰਮਿੰਗ ਹੈ ਸਾਡੇ ਵਿਸ਼ਵ ਦੀ ਸਮੱਸਿਆ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਇਨਵਾਇਰਮੈਂਟ ਨੂੰ ਅਸੀਂ ਰਿਸਪੈਕਟ ਦੇਵਾਂਗੇ ਤਾਂ ਸਮੱਸਿਆ ਹੱਲ ਹੋ ਜੂਗੀ, ਕਿਉਂਕਿ ਡੰਡੇ ਨਾਲ ਬਹੁਤਾ ਕੁਛ ਨਹੀਂ ਅਸੀਂ ਕਰ ਸਕਦੇ। ਅਤੇ ਆਦਰ ਨਾਲ ਅਸੀਂ ਮੰਨਾਂਗੇ ਵੀ ਸਾਡੇ ਗੁਰੂ ਨੇ ਕਿਹਾ ਅਸੀਂ ਇਸ ਕਰਕੇ ਅੱਗ ਨਹੀਂ ਲਾਉਂਦੇ, ਸਾਡੇ ਗੁਰੂ ਨੇ ਕਿਹਾ ਅਸੀਂ ਇਹਨੂੰ ਗੰਦਾ ਨਹੀਂ ਕਰਨਾ, ਅਤੇ ਤੁਸੀਂ ਭਾਵਨਾ ਪੈਦਾ ਹੋ ਜੂਗੀ। ਉਹ ਲੋੜ ਹੈ ਸਾਨੂੰ ਲੋਕਾਂ ਤੱਕ ਲਿਜਾਉਣ ਦੀ, ਦੱਸਣ ਦੀ। ਸੋ ਕਾਫੀ ਮੈਸੇਜ ਗਿਆ ਇਹ ਦੁਬਈ ਨੇ, ਅੱਜ ਆਪਾਂ ਇੱਥੇ ਘੁੰਮ ਰਹੇ ਹਾਂ ਦੇਖ ਰਹੇ ਹਾਂ, ਇਹਦਾ ਇੱਕ ਬਹੁਤ ਵੱਡਾ ਦੁਨੀਆ ਭਰ ਵਿੱਚ ਮੈਸੇਜ ਗਿਆ। ਇੱਦਾਂ ਸਾਰੇ ਨਦੀਆਂ ਦਰਿਆ ਇਸੇ ਤਰ੍ਹਾਂ ਹੀ ਸਾਫ਼ ਸੁਥਰੇ ਹੋਣਗੇ, ਸਾਡੀ ਗੱਲ ਨੋਟ ਕਰ ਲਿਓ। ਹੁਣ ਉਹ ਦਿਨ ਦੂਰ ਨਹੀਂ, ਕੋਰਟਾਂ ਨੇ ਸਾਰੀਆਂ ਸਰਕਾਰਾਂ ਨੂੰ ਕਹਿਤਾ ਕਿ ਇਹ ਬਹਾਨਾ ਬਣਾ ਕੇ ਵੀ ਇਹ ਹੋ ਜੂਗਾ ਉਹ ਹੋ ਜੂਗਾ, ਲੋਕਾਂ ਨੂੰ ਮਰਨ ਦਾ ਮਨ ਵਾਸਤੇ ਛੱਡ ਨਹੀਂ ਸਕਦੇ। ਕਦੋਂ ਕਰਦੀਆਂ ਕੀ ਹੁੰਦਾ ਉਹ ਇੰਨਾ ਚਿਰ ਹੀ ਹੈ ਜਿੰਨਾ ਚਿਰ ਦੇ ਲੋਕ ਉੱਠਣਗੇ, ਤੁਹਾਡੇ ਵਰਗੇ ਪੜ੍ਹੇ ਲਿਖੇ ਹੋਣਗੇ, ਇਹ ਅਧਿਕਾਰ ਤੁਹਾਨੂੰ ਵੀ ਹੈ। ਇਹਨੇ ਵੀ ਆਮ ਲੋਕ ਹੀ ਡੰਡੇ ਲੈ ਕੇ ਹੁਣ ਤੁਹਾਡੇ ਕੋਲ ਬਹੁਤ ਵੱਡੀ ਕਲਮ ਦੀ ਕੈਮਰੇ ਦੀ ਤਾਕਤ ਲੋਕਾਂ ਨੂੰ ਜਗਾ ਸਕਦੇ ਹਾਂ, ਅਤੇ ਜੇ ਲੋਕਾਂ ਨੂੰ ਜਗਾ ਦੀਏ ਅਸੀਂ ਕਹਿੰਦੇ ਇਦੂ ਵੱਡੇ ਸਰਬੱਤ ਦੇ ਭਲੇ ਦਾ ਕਾਰਜ ਹੀ ਕੋਈ ਨਹੀਂ। ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਸਾਰੇ ਆਪਦੇ ਆਪਦੇ ਕੰਮ ਵਿੱਚ ਲੱਗੇ ਹੋਏ ਆ, ਪਰ ਮੈਂ ਦੇਖ ਰਿਹਾ ਸੀਗਾ ਇੱਥੇ ਬਾਬੇ ਨਾਨਕ ਦੀ ਧਰਤੀ 'ਤੇ ਘੁੰਮਦਾ ਹੋਇਆ, ਜਿਹੜਾ ਮੂਲ ਮੰਤਰ ਸਥਾਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉੱਥੇ ਜੇ ਕੋਈ ਆਮ ਸੰਗਤ ਆਉਣਾ ਚਾਹੁੰਦੀ ਹੈਗੀ ਆ, ਮੈਂ ਆਸ ਪਾਸ ਲੋਕਾਂ ਨਾਲ ਵੀ ਗੱਲ ਕੀਤੀ ਹੈਗੀ ਆ, ਉਹਨਾਂ ਨੂੰ ਪਹੁੰਚਣ ਲਈ ਰਸਤਾ ਨਹੀਂ ਲੱਭ ਰਿਹਾ, ਜਾਂ ਉਹ ਸੋਚ ਰਹੇ ਆ ਜਾਂ ਪੁੱਛ ਰਹੇ ਆ ਮੂਲ ਮੰਤਰ ਸਥਾਨ ਜਾਂ ਕਾਲੀ ਵੇਈ 'ਤੇ ਪਹੁੰਚਣ ਦੇ ਲਈ। ਮੈਨੂੰ ਲੱਗਦਾ ਸ਼ਾਇਦ ਪੁੱਛਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਸੀ, ਜੇਵਾਲ ਸਾਹਿਬ ਪੁੱਛਣਾ ਪੈ ਰਿਹਾ ਕਿਉਂ? ਇਹਦਾ ਜਵਾਬ ਤਾਂ ਪ੍ਰਸ਼ਾਸਨ ਦੇ ਸਕਦਾ, ਜਿਹਨਾਂ ਨੇ ਸਾਰਾ ਕੁਛ ਪਲੈਨ ਕੀਤੀ ਹੈ। ਆਹ ਹੁਣ ਤੁਸੀਂ ਦੇਖੋਗੇ ਆਹ ਪੁਲ ਬਣਿਆ ਹੋਇਆ, ਪੁਲ ਬਣਨਾ ਬਹੁਤ ਵਧੀਆ ਸੀ, ਬਹੁਤ ਇਹਦਾ ਲੰਘਾ ਹੋਇਆ ਤੇ ਬੜੀ ਇਹ ਪੁਲ ਪਰਲੇ ਬੰਨੇ ਹੁੰਦਾ ਤੇ ਇਹ ਸਾਰੇ ਘਾਟ ਜਿੱਥੇ ਸੰਗਤਾਂ ਨੇ ਆਣ ਕੇ ਇਸ਼ਨਾਨ ਕਰਨੇ ਸੀ ਇਹ ਸਾਰੇ ਘਾਟ ਸੀ, ਘਾਟਾਂ ਦੇ ਉੱਤੇ ਪੁਲ ਰੱਖ ਦਿੱਤਾ, ਉਥੋਂ ਹੀ ਬੰਨੀ ਘਾਟ ਵੰਡੇ ਗਏ, ਮੋਰਨੇ ਬੰਨੇ ਸੜੀਆਂ ਲਾ ਦਿੱਤਾ, ਪਰੇ ਉਹ ਕਚਰਾ ਸੁੱਟ ਦਿੱਤਾ, ਲੋਕ ਉੱਥੋਂ ਕਿੱਥੋਂ ਲੱਭਣ? ਅੱਗੇ ਵੀ ਇੱਕ ਦਿਨ ਅਸੀਂ ਆ ਕੇ ਇੱਥੋਂ ਸਾਫ਼ ਵੀ ਕੀਤਾ, ਸਰੀਆ ਵੀ ਹਟਾਇਆ, ਦੂਸਰਾ ਸਾਰਾ ਕੁਛ। ਅੱਜ ਸਾਨੂੰ ਫਿਰ ਸੰਗਤਾਂ ਜਿਸ ਤਰ੍ਹਾਂ ਤੁਸੀਂ ਪੁੱਛਦੇ ਹੋ, ਸੰਗਤਾਂ ਨੂੰ ਪੁੱਛਣ ਬਾਬਾ ਜੀ ਉੱਥੇ ਜਾ ਨਹੀਂ ਸਕਦੇ ਆ ਹੋ ਗਿਆ, ਫਿਰ ਅਸੀਂ ਖੁਦ ਸਵੇਰੇ ਆਏ ਦੇਖਦੇ ਸੀ ਇੱਥੇ ਨਹਾਉਣ ਵਾਸਤੇ, ਮਾਤਾਵਾਂ ਵਾਸਤੇ ਵੀ ਛੋਟਾ ਜਿਹਾ ਯਤਨ ਕੀਤਾ, ਪਰ ਜਦੋਂ ਦੇਖਿਆ ਤਾਂ ਫਿਰ ਉਸੇ ਤਰ੍ਹਾਂ ਕਵਰ ਹੋਇਆ, ਇੱਥੇ ਸੰਗਤਾਂ ਪਈਆਂ ਹੋਈਆਂ,
ਮਹਾਂਪੁਰਸ਼ਾਂ ਨੂੰ ਜੀ ਉਹ ਕਹਿੰਦੇ ਸੰਗਤ ਬਿਠਾਈ ਹੈ ਇਹਨਾਂ ਨੇ, ਉਹ ਕਹਿੰਦੇ ਤੁਹਾਨੂੰ ਅਸੀਂ ਕੋਠੀਆਂ ਖੋਲ ਦਿੰਦੇ। ਸਾਡਾ ਇਲਾਕਾ ਸਤਿਕਾਰ ਦੇ ਨਾਲ ਸਫਾਈਆਂ ਕਰਕੇ ਬੈਠਾ ਵੀ ਆਓ ਸਾਡੇ ਘਰ ਰਹੋ, ਅਸੀਂ ਤੁਹਾਨੂੰ ਚਾਹ ਪਾਣੀ ਵੀ ਪਿਆਵਾਂਗੇ। ਜ਼ਰੂਰ ਆਪਾਂ ਇਹਨਾਂ ਨੂੰ ਜਿੱਥੇ ਸੰਗਤਾਂ ਨੇ ਇਸ਼ਨਾਨ ਕਰਨਾ ਇੱਥੇ ਬਿਠਾਉਣਾ, ਅਸੀਂ ਤੁਹਾਡੇ ਨਾਲ ਹਾਂ। ਉਹ ਸਫਾਈ ਕਰਕੇ ਹੁਣ ਜਿਹੜਾ ਹੈ ਅੰਮ੍ਰਿਤ ਜਲ ਜਿਹੜਾ ਹੈਗਾ ਸੰਗਤਾਂ ਸੱਗ ਰਹੀ ਹੈ ਉਹ ਤੁਹਾਡੇ ਸਾਹਮਣੇ। ਐਨ ਆਰ ਆਈਜ਼ ਤੁਹਾਨੂੰ ਉੱਥੇ ਸੁਣਨਾ ਚਾਹ ਰਹੇ ਹੈਗੇ ਆ, ਪੁੱਛਣਾ ਚਾਹ ਰਹੇ ਹੈਗੇ ਆ ਕਿ ਇੱਥੇ ਅਸੀਂ ਕਿਸ ਤਰੀਕੇ ਨਾਲ ਆ ਸਕਦੇ ਹਾਂ ਅਤੇ ਕਿਸ ਤਰੀਕੇ ਦਾ ਯੋਗਦਾਨ ਪਾ ਸਕਦੇ ਹੈ, ਪ੍ਰਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਉਹ ਇੱਥੋਂ ਇੱਕ ਤਾਂ ਔਨਲਾਈਨ ਆਪਾਂ ਜੋੜੀ ਰਹੇ ਹਾਂ, ਉਹ ਦੇਖ ਸਕਦੇ ਹਾਂ। ਦੂਸਰਾ ਜਦੋਂ ਆਉਣਾ ਹੋਵੇ, ਸਾਡੇ ਗੁਰੂਆਂ ਦੀ ਧਰਤੀ ਹੈ, ਸਾਨੂੰ ਜ਼ਰੂਰ ਆਉਣਾ ਚਾਹੀਦਾ, ਉਹ ਸਥਾਨ ਨੂੰ ਦੇਖਣਾ ਚਾਹੀਦਾ। ਅੱਜ ਨਹੀਂ, 10 ਦਿਨਾਂ ਨੂੰ, ਮਹੀਨੇ ਨੂੰ, 2 ਮਹੀਨੇ ਨੂੰ, 4 ਮਹੀਨੇ ਨੂੰ ਕਰਤਾਰਪੁਰ ਖੁੱਲ੍ਹ ਗਿਆ, ਉੱਥੇ ਵੀ ਸਾਨੂੰ ਆਉਣਾ ਚਾਹੀਦਾ, ਸਾਨੂੰ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ, ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ। ਇਨਵਾਇਰਮੈਂਟ ਦੀ ਗੱਲ ਜਿਹੜੀ ਬਾਬੇ ਦੀ ਬਾਣੀ ਕਹਿੰਦੀ ਹੈ, ਉਹ ਦੱਸਣਾ ਚਾਹੀਦਾ ਵੀ ਸਾਡੇ ਗੁਰੂਆਂ ਨੇ ਦਿੱਤਾ ਉਪਦੇਸ਼ ਕਿ ਉਹ ਇਸ ਕਾਰਜ ਵਿੱਚ ਹੱਥੀ ਸੇਵਾ ਹੁਣ ਤਾਂ ਬਹੁਤ ਐਨ ਆਰ ਆਈ ਵੀਰ ਜਿਹੜੇ ਆ, ਕੋਈ ਅਮੈਰੀਕਾ ਤੋਂ, ਕੋਈ ਕੈਨੇਡਾ ਤੋਂ, ਕੋਈ ਯੂਰਪ ਤੋਂ, ਇਟਲੀ ਤੋਂ, ਕੋਈ ਆਪਣੇ ਨੇੜੇ ਜਿਹੜੇ ਹੈ ਫਿਲਪਾਈਨ ਤੋਂ, ਬਹੁਤ ਸੰਗਤ ਆਈ ਹੋਈ ਹੈ, ਸੇਵਾ ਕਰ ਰਹੇ, ਉਹ ਹੱਥੀ ਕਰ ਲਾਹ ਲੈ ਰਹੇ, ਕੋਈ 15 ਦਿਨਾਂ ਲਈ, ਕੋਈ 20 ਦਿਨਾਂ ਲਈ। ਜਿਹੜਾ ਨਹੀਂ ਆ ਸਕਦਾ ਉਹ ਆਰਥਿਕ ਤੌਰ 'ਤੇ ਵੀ ਔਨਲਾਈਨ ਤੁਸੀਂ ਨਾ ਜਿਹੜਾ ਹੈਗਾ www.prakashpurv.in ਦੇ ਉੱਤੇ ਜਾ ਕੇ ਤੁਸੀਂ ਲੌਗਇਨ ਕਰੋਗੇ, ਐਪ ਦੇ ਉੱਤੇ ਤੁਸੀਂ ਇੱਥੇ ਰਹਿਣ ਵਾਸਤੇ ਬੁਕਿੰਗ ਕਰਾ ਸਕਦੇ ਹੋ। ਲੋਕਾਂ ਦੇ ਘਰ ਕੋਠੀਆਂ ਦਰਵਾਜ਼ੇ ਖੁੱਲ੍ਹੇ ਆ ਕੇ ਸਾਡੇ ਘਰ ਆਓ, ਅਸੀਂ ਸ਼ਾਮ ਨੂੰ ਰਸ ਪਿਆ ਹੁੰਦਾ ਕਿ ਅਸੀਂ ਸੰਗਤ ਲੈ ਕੇ ਜਾਣੀ, ਸਾਡੇ ਪਿੰਡ ਸੰਗਤ ਨਹੀਂ ਗਈ, ਇਸ ਪਿੰਡ ਦੀ ਸੰਗਤ ਚਲੇ ਗਈ, ਇਸ ਘਰ 'ਚ ਚਲੇ ਗਈ। ਕਿੰਨੇ ਪਿੰਡ ਤੁਸੀਂ ਜੋੜੇ ਆਪਣੇ ਨਾਲ? ਸਾਰੇ ਤੁਸੀਂ ਦੇਖੋਗੇ ਔਨਲਾਈਨ ਸਾਰੇ ਪਿੰਡਾਂ 'ਚ ਜਿਨ੍ਹਾਂ ਨੇ ਵੀ ਕੋਠੀਆਂ ਆਪਣੀ ਔਫਰ ਕੀਤੀ ਹੈ। 50 ਕਿਲੋਮੀਟਰ ਦਾ ਮੈਂ ਗਿਆ ਸੀਗਾ ਉਹ ਕੁਝ ਪਿੰਡਾਂ ਦੇ ਵਿੱਚ, ਉਹ ਕਹਿ ਰਹੇ ਆ ਕਿ ਵੀ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ, ਸਾਰਾ ਕੁਝ ਫ੍ਰੀ। ਜਾਗਰੂਕ ਕਿੰਨੇ ਕੀਤਾ? ਅਸੀਂ ਤਾਂ 2 ਸਾਲ ਤੋਂ ਲੱਗੇ, ਅਸੀਂ ਗਏ ਸੀ ਪਟਨਾ ਸਾਹਿਬ, ਉੱਥੇ ਦੇਖਿਆ ਅਸੀਂ 2-3 ਦਿਨ ਟੈਂਟ ਸਿਟੀ 'ਚ ਰਹੇ, ਫਿਰ ਉੱਥੇ ਕਮਰਾ ਬਾਬਾ ਜੀ ਨੇ ਉੱਥੇ ਜਿਹੜਾ ਤਖ਼ਤ ਸਾਹਿਬ 'ਤੇ ਮਿਲ ਗਿਆ, ਫਿਰ ਅਸੀਂ ਉਹ ਸਾਰੇ ਮੇਲੇ ਨੂੰ ਗਾਇਆ, 7 ਦਿਨ ਰਹੇ ਉੱਥੇ। ਉੱਥੇ ਮਨ 'ਚ ਸੀਗਾ ਵੀ ਜਿਹੜੇ ਇੱਥੇ ਤਾਂ ਹੁਣ ਸਿੱਖਾਂ ਦੇ ਘਰ ਹੈ ਨੀਗੇ ਟੈਂਟਾਂ ਦੇ ਵਿੱਚ, ਵੀ ਜੇ ਉੱਥੇ ਸੰਗਤਾਂ ਆਉਂਦੀਆਂ ਵਾ ਤਾਂ ਉਹਨਾਂ ਨੂੰ ਕਿੱਦਾਂ ਠਹਿਰਾਇਆ ਜਾਵੇ, ਵੀ ਇੰਨੀ ਸਹਿਤੀਆਂ ਇਸ ਤਰ੍ਹਾਂ ਤਾਂ ਬਣਾ ਨਹੀਂ ਸਕਦੇ 1.5-2 ਸਾਲ 'ਤੇ। ਫਿਰ ਅਸੀਂ ਜਿਹੜਾ ਮਨ 'ਚ ਬਣਾਇਆ ਉਸ ਵੇਲੇ ਵਿਚਾਰ ਵੀ ਆਪਾਂ ਜਿਹੜੇ ਸਾਡੇ ਗੁਰੂਆਂ ਦਾ ਸਿਧਾਂਤ ਆ ਵੀ ਸੰਗਤਾਂ ਨੂੰ ਘਰਾਂ ਵਿੱਚ ਲੈ ਕੇ ਆਓ, ਅਸੀਂ ਲਗਾਤਾਰ ਫਿਰ ਉਹ ਸਾਰਿਆਂ ਜਦੋਂ ਗੱਲ ਕੀਤੀ ਜਿਹੜੀ ਸਾਡਾ ਆਈਡੀਆ ਸੀ, ਸਾਰੇ ਕਹਿੰਦੇ ਬਾਬਾ ਜੀ ਗੱਲ ਬਹੁਤ ਵਧੀਆ। ਫਿਰ ਅਸੀਂ ਉਹਦੇ ਉੱਤੇ ਇੱਕ ਸੋਫਟ ਜਿਹੜਾ ਹੈਗਾ ਵੈਬਸਾਈਟ ਬਣਾਈ www.prakashpurv.in, ਫਿਰ ਉਹਦੀ ਹੁਣ ਐਪ ਬਣੀ ਹੋਈ ਹੈ, ਅਗਲੇ ਸਾਲ ਪਹਿਲੇ ਪਿਛਲੇ ਸਾਲ ਦੀ ਉਹ ਚਾਲੂ ਆ, ਕਿਉਂਕਿ ਪਿਛਲੇ ਸਾਲ ਤਾਂ ਬਾਹਲੀ ਸੰਗਤ ਨੇ ਉਹਨਾਂ ਦੀ, ਹੁਣ ਉਹਦੀ ਸਾਰੀ ਬੁਕਿੰਗ ਆ। ਉੱਥੋਂ ਸੰਗਤਾਂ ਨਿਰਮਲ ਕੁਟੀਆ ਸੁਲਤਾਨਪੁਰ ਆਉਂਦੀਆਂ, ਉੱਥੋਂ ਫਿਰ ਬੱਚਿਆਂ ਰਾਹੀਂ, ਕਾਰਾਂ ਰਾਹੀਂ ਜਾਂ ਆਪਣੇ ਸਾਧਨੇ ਲੈ ਕੇ ਜਾਂਦੇ ਆ ਅਤੇ ਛੱਡ ਕੇ ਵੀ ਜਾਂਦੇ, ਸਾਰੀ ਡਿਊਟੀ ਆਫ ਕਰ ਰਹੇ, ਬਿਲਕੁਲ ਫ੍ਰੀ ਕਰ। ਸਾਹਿਬ ਸਵਾਲ ਇਹ ਹੈਗਾ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ, ਮੁਕੱਦਸ ਧਰਤੀ 'ਤੇ ਸਾਰੇ ਜਾ ਰਹੇ ਹੈਗੇ ਆ, ਤੁਹਾਡਾ ਵੀ ਦਿਲ ਕਰਦਾ ਜਾਇਆ ਜਾਵੇ? ਜਾਵਾਂਗੇ ਜੀ, ਅਸੀਂ ਕਿਹਾ ਰਸ ਆ ਜਿਹੜੇ ਥੋੜ੍ਹੇ ਜਿਹਨਾਂ ਦੇ ਬਾਹਲਾ ਜ਼ਰੂਰੀ ਹੁੰਦਾ ਜੀ, ਇਹਨੂੰ ਅਸੀਂ ਮੁੜ ਜਾਣਾ ਛੇਤੀ, ਜਾਂ ਅਸੀਂ ਕਾਰਨ ਕਈ ਹੁੰਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਮੌਕਾ ਦੇਣਾ ਚਾਹੀਦਾ, ਸਾਡੇ ਨੂੰ ਕਦੋਂ ਨਹੀਂ ਅਤਾਵਲੇ ਕਿੰਨੇ ਹੋਣਗੇ, ਸਾਡੇ ਨੂੰ ਕਿੰਨੇ ਅਤਾਵਲੇ ਹੋਰ ਜ਼ਿਆਦੀਆਂ ਰੂਹਾਂ ਜਿਹੜੀਆਂ ਜਨਰਲ ਤੜਫਦੀਆਂ ਹੋਣਗੀਆਂ। ਗੁਰੂ ਦਾ ਘਰ ਉਹਨਾਂ ਨੂੰ ਜਦੋਂ ਥੋੜ੍ਹਾ ਜਿਹਾ ਇਹਦੇ ਨਾਲੇ ਇੱਥੇ ਸੰਗਤਾਂ ਸੁਲਤਾਨਪੁਰ ਲੋਧੀ ਆਈਆਂ ਹੋਈਆਂ, ਇੱਥੇ ਸਮਝ ਲਓ ਵੀ ਇੱਕ ਬਹੁਤ ਵੱਡਾ ਆਇਆਂ ਨੂੰ ਜੀ ਆਇਆ ਕਹਿਣਾ, ਜੇ ਹੁਣ ਅਸੀਂ ਉੱਥੇ ਜਾਂਦੇ ਹਾਂ ਤਾਂ ਘੱਟੋ ਘੱਟ ਇੱਕ ਦਿਹਾੜੀ 'ਚ ਸਾਨੂੰ ਜਾਣਾ ਪਊਗਾ, ਬਾਅਦ ਵਿੱਚ ਸੰਗਤਾਂ ਨੂੰ ਵੀ ਨਾਲ ਲਵਾਂਗੇ, ਆਪ ਵੀ ਜਾਵਾਂਗੇ, ਮਹਾਂਪੁਰਸ਼ਾਂ ਨੂੰ ਨਾਲ ਕਵਾਂਗੇ, ਜ਼ਰੂਰ ਜਾ ਕੇ ਆਵਾਂਗੇ, ਕਰਾਂਗੇ ਦਰਸ਼ਨ, ਸਾਡਾ ਵੀ ਮਨ ਲੋਚਦਾ। ਅਸੀਂ ਤਾਂ ਕਹਿੰਦੇ ਇਕੱਲਾ ਕਰਤਾਰਪੁਰ ਨਹੀਂ, ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ। ਜੇ ਮੁਲਕ ਕੋਈ ਰੋਕਣਾ ਚਾਹੁੰਦਾ ਜਿਹੜੇ ਗਲਤ ਬੰਦੇ ਆ, ਨਾ ਇੰਡੀਆ ਜਾਣ ਦੇਵੇ ਨਾ ਪਾਕਿਸਤਾਨ, ਸਹੀ ਲੋਕਾਂ ਦੀ ਆਵਾਜਾਈ ਤਾਂ ਹਰ ਧਰਮ ਨੂੰ ਖੁੱਲ੍ਹਣੀ ਚਾਹੀਦੀ। ਇਹ ਜਿਹੜੇ ਜੇ ਆਪਣੇ ਜਰਮਨ ਹੋਣੀ ਵਾਲੇ ਆਪਣੇ ਉਹ ਦੁਬਾਰ ਢਾ ਸਕਦੇ ਆ, ਸਾਡੇ ਤਾਂ ਹੈ ਹੀ ਕੰਡਿਆਲੀ ਦਰ, ਸਾਡੇ ਦਰਵਾਜ਼ੇ ਜਿਹੜੇ ਬੰਦ ਆ ਉਹਨਾਂ ਕ੍ਰਿਮੀਨਲ ਲੋਕਾਂ ਲਈ ਹੋਣੇ ਚਾਹੀਦੇ, ਚਾਹੇ ਇੱਧਰ ਵਾਜੇ ਉੱਧਰ। ਆਮ ਜਿਹੜਾ ਇੱਥੇ ਜਿਹੜੀ ਹੈਗੀ ਹੈ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਜੇ ਯੂਰਪ ਦੇ ਮੋਲਕ ਆਪਣੇ ਰਾਹ ਖੋਲ੍ਹ ਸਕਦੇ, ਰੋਟੀ ਤਾਂ ਆਪਾਂ ਆਪਣੀ ਖਾਂਦੇ ਆ, ਪਰ ਉਹਨਾਂ ਦਾ ਪੈਸਾ ਫੋਰਸਾਂ 'ਤੇ ਨਹੀਂ ਲੱਗ ਰਿਹਾ, ਅੱਗੇ ਉਹ ਪੈਸਾ ਫੋਰਸਾਂ 'ਤੇ ਲਾਉਂਦੇ ਸੀ,
ਕਿਉਂਕਿ ਹੁਣ ਇੱਕ ਦੂਸਰੇ ਤੋਂ ਖਤਰਾ ਹੀ ਕੋਈ ਨਹੀਂ। ਜੇ ਅਸੀਂ ਇਹੋ ਜਿਹੀ ਗੱਲ ਜਿੱਦਾਂ ਨਾਂਘਾ ਖੋਲ੍ਹਿਆ ਸਾਡਾ ਇਹ ਹੋਰ ਇਹਨੂੰ ਨੇੜਤਾ ਵਾਲਾ ਹੱਥ ਬੁਲਾ ਲੈਣਾ ਚਾਹੀਦਾ, ਭਾਰਤ ਨੂੰ ਵੀ ਅਤੇ ਪਾਕਿਸਤਾਨ ਨੂੰ ਵੀ, ਦੋਨਾਂ ਦੇ ਫਾਇਦੇ 'ਚ ਗੱਲ ਆ। ਅਤੇ ਜਿਹੜੀ ਸਿਕਿਉਰਿਟੀ ਦੇ ਆ ਉਹਦੇ ਵਾਸਤੇ ਸਾਨੂੰ ਦੋਨਾਂ ਨੂੰ ਟਾਈਟ ਰੱਖਣੀ ਚਾਹੀਦੀ ਵੀ ਨਾ ਮਾੜਾ ਇੱਧਰੋਂ ਜਾਵੇ ਨਾ ਮਾੜਾ ਉੱਧਰੋਂ ਆਵੇ, ਉਹਦੇ ਵਾਸਤੇ ਸੁਰੱਖਿਆ ਦੀ। ਬਾਕੀ ਇਹ ਰਾਹ ਰੋਕ ਕੇ ਜਾਂ ਲੋਕਾਂ ਨੂੰ ਉੱਧਰ ਵੀ ਹਜ਼ਾਰਾਂ ਲੱਖਾਂ ਤੜਫ ਰਹੇ ਲੋਕ, ਜਿੰਨੇ ਇੱਧਰ ਗੁਰਦੁਆਰਾ ਉੱਧਰ ਜਿਹੜੇ ਬੈਠੇ ਆ ਉਹ ਵੀ ਤੜਫ ਰਹੇ ਆ ਵੀ ਅਸੀਂ ਇੰਡੀਆ 'ਚ ਜਾ ਕੇ ਦਰਸ਼ਨ ਕਰੀਏ, ਅਸੀਂ ਉੱਧਰ ਤੜਫ ਰਹੇ ਹਾਂ, ਉਹ ਵੀ ਆਉਣ ਅਸੀਂ ਵੀ ਜਾਈਏ। ਸੋ ਇਹ ਸਾਰੀਆਂ ਕਿਸੇ ਧਾਰਮਿਕ ਤੌਰ 'ਤੇ ਜਿਹੜੀਆਂ ਭਾਵਾਂ ਨੂੰ ਜਿਹੜੀ ਹਾਰਟ ਹੁੰਦੀਆਂ ਇਹ ਉਹ ਧਾਰਮਿਕ ਲੋਕਾਂ ਨੂੰ ਪਤਾ ਕਿ ਉਹ ਕਿੱਡੀ ਕਿਹੋ ਜਿਹੀ ਅਵਸਥਾ, ਜਿਹਨੂੰ ਨਹੀਂ ਉਹਨੂੰ ਕੋਈ ਪ੍ਰੋਬਲਮ, ਉਹ ਕਹਿੰਦਾ ਨਹੀਂ ਇੱਥੇ ਕਰਨਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜੀ ਨਫ਼ਰਤ ਦੀਆਂ ਦੀਵਾਰਾਂ ਟੁੱਟਣ, ਕੰਡੇ ਵਾਲੀਆਂ ਤਾੜਾਂ ਉਹਨਾਂ ਲੋਕਾਂ ਲਈ ਹੋਣ ਜਿਹੜੇ ਮਾੜੇ ਅਨਸਰ ਆ, ਅਸੀਂ ਵੀ ਜਾ ਸਕੀਏ, ਉਹ ਵੀ ਜਾਣ। ਜਿਹੜੇ ਬਿਆਨਬਾਜ਼ੀ ਕਰਦੇ ਪਏ ਆ ਲਾਂਘਾ ਸਾਜ਼ਿਸ਼ਾਂ ਦਾ ਲਾਂਘਾ, ਇਹ ਉਹ ਨਹੀਂ, ਅਸੀਂ ਇਸ ਵਿਸ਼ਾ ਇਹ ਸਾਡਾ ਵਿਸ਼ਾ ਨਹੀਂ, ਕਿਉਂਕਿ ਅਸੀਂ ਰਾਜਨੀਤਿਕ ਔਰ ਜਿਹੜਾ ਕੋਈ ਕਹਿੰਦਾ ਉਹਨੇ ਆਪੋ ਆਪਣਾ, ਉਹਦਾ ਵੀ ਹਰ ਚੀਜ਼ ਦਾ ਅਸੀਂ ਬੋਲਦੇ ਹਾਂ, ਕੋਈ ਵੀ ਬੋਲਦਾ ਉਹਦਾ ਹਰ ਇੱਕ ਚੀਜ਼ ਦਾ ਆਪੋ ਆਪਣੇ ਹੁੰਦੇ, ਕੋਈ ਕੀ ਕਹਿੰਦਾ ਸਾਨੂੰ ਕੋਈ ਨਹੀਂ, ਜਿਹੜਾ ਅਸੀਂ ਮਨ ਕਹਿੰਦਾ ਦਿਲ ਚਾਹੁੰਦਾ ਉਹ ਤਾਂ ਅਸੀਂ ਤੁਹਾਨੂੰ ਦੱਸ ਸਕਦੇ। ਹੁਣ ਪਾਣੀਆਂ 'ਤੇ ਵੀ ਬਿਆਨਬਾਜ਼ੀ ਹੋ ਰਹੀ ਹੈ, ਪਾਕਿਸਤਾਨ ਨੂੰ ਪਾਣੀ ਫਾਲਤੂ ਜਾ ਰਿਹਾ ਉਹ ਰੋਕਣਾ ਹੈਗਾ। ਨਹੀਂ ਇਹ ਤਾਂ ਇਹ ਜਿਹੜਾ ਕੁਛ ਸਿਧਾਂਤ ਬਣੇ ਹੋਏ ਦੋਨੋਂ ਮੁਲਕਾਂ ਦੇ, ਜਿੰਨਾ ਪਾਣੀ ਜਾਂਦਾ ਵਾ ਉਹਨਾਂ ਨੂੰ ਬਣਿਆ ਵਾ ਸਿਧਾਂਤ ਉਹ ਜਾਣਾ ਚਾਹੀਦਾ, ਜੇ ਵਾਧੂ ਹੈ ਅੱਗੇ ਜਾ ਰਿਹਾ ਇਹ ਰੋਕਣਾ ਤਾਂ ਹੁਣ ਤਾਂ ਰੋਕ ਸਕਦੇ, ਉਹਦੇ ਵਿੱਚ ਕਿਹੜੀ ਗੱਲ, ਇਹ ਤਾਂ ਟੈਕਨੀਕਲੀ ਹਰ ਚੀਜ਼ ਹੋਈ ਹੈ ਵੰਡ ਹੋਈ ਹੈ ਉਹਦੇ ਵਿੱਚ ਸਾਰਾ ਕੁਛ, ਇਹ ਤਾਂ ਲੜਾਈ ਵਾਲੀ ਗੱਲ ਕੋਈ ਨਹੀਂ। ਹਾਂ ਆਪਣਾ ਹਿੱਸਾ ਉਹਨਾਂ ਨੂੰ ਮਿਲ ਰਿਹਾ, ਫਿਰ ਕੋਈ ਰੌਲਾ ਪਾਉਂਦਾ ਮਾੜੀ ਗੱਲ। ਨਿਗਰਾਨ ਕਮੇਟੀ ਵਿੱਚ ਵੀ ਹੋ ਐਨਜੀਟੀ ਦੀ, ਉੱਥੇ ਸੁਣਵਾਈ ਹੋ ਰਹੀ ਹੈ ਪੂਰੀ ਤਰ੍ਹਾਂ? ਨਹੀਂ, ਜਿਹੜੀ ਨਿਗਰਾਨ ਕਮੇਟੀ ਹੁੰਦੀ ਹੈ ਉਹਨਾਂ ਨੇ ਹਰ ਗੱਲ, ਜਿਹੜੀ ਜਿੱਥੇ ਕੋਰਟ ਨਹੀਂ ਆ ਸਕਦੀ ਉੱਥੇ ਅਸੀਂ ਜਾ ਸਕਦੇ ਹਾਂ, ਅਸੀਂ ਜੋ ਰਿਪੋਰਟ ਕਮੇਟੀ ਨੇ ਦੇਣੀ ਆ ਉਹਨੂੰ ਕਿੱਦਾਂ ਕੀ ਲੈਣਾ ਫੈਸਲਾ ਉਹ ਕੋਰਟ ਨੇ ਲੈਣਾ, ਰਿਪੋਰਟਾਂ ਤੁਰੀਆਂ ਜਾ ਰਹੀਆਂ, ਹੌਲੀ ਹੌਲੀ ਫਿਰ ਕੋਰਟ ਦੇਖੂਗੀ ਜੇ ਕਮੇਟੀ ਠੀਕ ਕਰ ਰਹੀ ਹੈ ਜਾਂ ਕੀ ਹੈ, ਜੇ ਨਹੀਂ ਉਹ ਫਿਰ ਹਦਾਇਤਾਂ ਜਾਰੀ ਕਰਨਗੇ। ਕੀ ਹੋਰ ਕਰਨਾ ਚਾਹੁੰਦੇ, ਜੋ ਅਸੀਂ ਕਰ ਰਹੇ ਹਾਂ ਉਹਦਾ ਵੀ ਅਨਾਲਿਸਿਸ ਕਰਨਗੇ, ਜੇ ਅਧਿਕਾਰੀ ਨਹੀਂ ਕੰਮ ਕਰਦੇ ਸੀ ਉਹਦੇ ਵਿੱਚ ਰਿਪੋਰਟ ਦਾ ਤਾਂ ਕੋਰਟ ਦੇਖੂਗੀ ਉਹਨੂੰ ਕੀ ਕਰਨਾ। ਇਹ ਹੁਣ ਕੋਰਟ ਨਿਗਰਾਨ, ਤੁਸੀਂ ਦੇਖਿਆ ਜਿਹੜੀ ਜਲੰਧਰ ਲੈਦਰ ਕੰਪਲੈਕਸ ਸੀ ਉਹਨੂੰ ਕੋਰਟ 2-3 ਸਾਲ ਤੋਂ ਦੇਖ ਰਹੀ ਸੀ, ਡੀ ਸੀ ਉਹਨਾਂ ਦਾ ਓਬਜ਼ਰਵਰ ਲਾਇਆ ਹੋਇਆ ਸੀ, ਹੁਣ ਉਹ ਡੀ ਸੀ ਦੇਖ ਰਿਹਾ ਸੀ, ਨਹੀਂ ਉਹਨਾਂ ਨੇ ਮੰਨੇ ਨਾ ਡੀ ਸੀ ਦੀ ਮੰਨੀ ਉਹਨਾਂ ਨੇ, ਉਹ ਕੋਰਟ ਨੇ ਦੇਖਿਆ ਨਹੀਂ ਤੁਹਾਨੂੰ ਬੰਦ ਕਰੋ, ਹੁਣ ਇਹਨਾਂ ਦੇ ਸਾਰਿਆਂ ਦੇ ਲੱਗ ਵੀ ਜਾਣੇ। ਰੌਲਾ ਇਹ ਕਿ ਅਸੀਂ ਜਿਹੜੀ ਕਾਨੂੰਨ ਦੀ ਪ੍ਰਕਿਰਿਆ ਲੰਬੀ ਹੈ, ਉਦੋਂ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੀ ਭਰਪਾਈ ਕੌਣ ਕਰੂਗਾ, ਕਿਹੜੇ ਲੋਕ ਮਰ ਗਏ ਆ, ਕਿਹੜੀ ਇੰਡਸਟਰੀ ਵਾਲਾ ਦਊਗਾ, ਕਿਹੜੀ ਮਿਊਂਸੀਪਲ ਕਮੇਟੀ ਦਊਗੀ ਜਿਹਨਾਂ ਨੇ ਪਾਣੀ ਪਾਇਆ। ਅਸੀਂ ਜਦੋਂ ਦੀ ਲੜਾਈ ਸ਼ੁਰੂ ਕੀਤੀ ਸੀ ਉਦੋਂ ਦੇ ਕਹਿੰਦੇ ਹਾਂ ਇਹਨਾਂ ਇੰਡਸਟਰੀ ਵਾਲਿਆਂ ਨੇ, ਇਹਨਾਂ ਮਿਊਂਸੀਪਲ ਕਮੇਟੀ ਵਾਲਿਆਂ ਨੇ, ਇਹਨਾਂ ਨੇ ਕਹਿਣਾ ਸਾਡਾ ਗੰਦਾ ਪਾਣੀ ਨਹੀਂ ਪਿਆ, ਸਾਡੇ ਕੋਲ ਸਾਰੀ ਰਿਕਾਰਡ ਆ, ਡੇਟ ਰਿਕਾਰਡ ਆ, ਕਿਹੜੇ ਡੀ ਸੀ ਨੂੰ ਕਦੋਂ ਇਹ ਮੈਮੋਰੈਂਡਮ ਦਿੱਤਾ ਸੀ ਉਹ ਸਭ ਅਸੀਂ ਰੱਖੀ ਦਿੱਤੀ। ਸਵਾਲ ਬਹੁਤ ਸਾਰੇ ਮਨ ਵਿੱਚ ਉੱਠਦੇ ਆ, ਮੈਂ ਵੀ ਅੱਜ ਸਵਾਲ ਲੈ ਕੇ ਆਇਆ ਤੁਹਾਡੇ ਕੋਲੇ, ਮੈਂ ਜ਼ਰੂਰ ਪੁੱਛਣੇ ਹੈਗੇ ਆ। ਸਿੱਜਵਾਲ ਸਾਹਿਬ, ਜਿਹੜਾ ਕਿਸਾਨ, ਤੁਸੀਂ ਇਹ ਗੱਲ ਕਹੀ ਸੀ ਕਿ ਡੰਡੇ ਨਾਲ ਨਹੀਂ ਹੱਲ ਹੋ ਸਕਦਾ ਗਾ, ਕਿਸਾਨਾਂ ਦੀ ਸਮੱਸਿਆ ਸਾਰਿਆਂ ਨੂੰ ਪਤਾ ਹੈ, ਉਸ ਮਜਬੂਰੀ ਨੂੰ ਸਮਝਣ ਦੀ ਬਜਾਏ ਉਹਨਾਂ ਦਾ ਹੱਲ ਡੰਡੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਨਾ ਇਹ ਜਿਹੜੀ ਚੀਜ਼ ਹੈ ਨਾ, ਜਿਹੜੀ ਪ੍ਰਾਣੀ ਨੂੰ ਅੱਗ ਲਾਉਣਾ, ਜੇ ਤੁਸੀਂ ਸਿਧਾਂਤਕ ਗੱਲ ਕਰੋ ਅਸੀਂ ਇਹਨਾਂ ਰਾਜਨੀਤੀ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ ਵੀ ਜਿਹੜੀ ਪਰਾਲੀ ਹੈ, ਵਿਗਿਆਨ ਕਹਿੰਦੀ ਹੈ 70% ਦੇ ਸਾਡੀ ਖਾਦ ਹੁੰਦੀ ਹੈ, ਅਸੀਂ ਜ਼ਿਮੀਦਾਰਾਂ ਦੇ ਘਰ ਜੰਮੇ ਹਾਂ, ਸਾਨੂੰ ਪਤਾ ਯੂਨੀਵਰਸਿਟੀ ਵਾਲਾ ਕਿ ਹਰੀ ਖਾਦ ਬੀਜਾਉਂਦੇ, ਹੁਣ ਥੋੜ੍ਹਾ ਸਮਾਂ ਹੋਣ ਕਰਕੇ ਨਹੀਂ ਬੀਜਦੇ, ਜਿਹੜਾ ਅਸੀਂ ਪਰਾਲ ਝੋਨਾ ਵੱਢਿਆ ਮੰਡੀ 'ਚ ਸਿੱਟਿਆ ਉਹਦੀ ਜਿਹੜੀ ਪਰਾਲੀ ਹੈ ਉਹ ਸਾਰੀ ਹਰੀ ਖਾਦ ਹੈ, ਉਹਦੇ ਵਿੱਚ ਜਿਹੜੀ ਅਸੀਂ ਤੱਤ ਪਾਏ ਯੂਰੀਆ ਵਗੈਰਾ ਉਹ ਤਾਂ ਹੈ ਹੀ ਹੈ, ਜਿਹੜੇ ਅਸੀਂ ਨਹੀਂ ਪਾਏ ਤੱਤ ਉਹ ਵੀ ਉਸ ਪਰਾਲੀ ਦੇ ਵਿੱਚ ਉਹਨੇ ਧਰਤੀ 'ਚੋਂ ਲਾਇਆ। ਜੇ ਉਹ ਪਰਾਲੀ ਸਾਡੀ ਖੇਤਾਂ ਵਿੱਚ ਚੱਲ ਜਾਵੇ ਤਾਂ ਇਦੋਂ ਵੱਡੀ ਜ਼ਿੰਮੇਦਾਰ ਵਾਸਤੇ ਲਾਹੇ ਬੰਦ ਕੁਛ ਨਹੀਂ, ਜੇ ਉਹਨੂੰ ਸਾੜ ਦਿੰਦੇ ਹਾਂ ਇੱਕ ਤਾਂ ਉਹਦੀ ਪਰਾਲੀ ਜਿਹੜੀ ਹੈਗੀ ਆ ਉਹ ਧਰਤੀ ਦੀ ਉੱਪਰਲੀ ਤਹਿ ਲੂਸ ਗਈ, ਦੂਸਰਾ ਜਿਹੜੀ ਉਹਨੇ 70% ਖਾਦ ਸੀ ਉਹ ਲੂਸ ਗਈ, ਫਿਰ ਦੂਸਰਾ ਜਿਹੜਾ ਹੈਗਾ ਉਹਦੇ ਨਾਲ ਇਨਵਾਇਰਮੈਂਟ ਦਾ ਨੁਕਸਾਨ ਹੋਇਆ, ਫਿਰ ਉਹ ਜਿੱਥੇ ਹੁਣ ਤੁਸੀਂ ਇੱਥੇ ਜਾ ਕੇ ਸਾਡੇ ਏਰੀਏ 'ਚ ਇੱਥੇ ਦੇਖੋ, ਅਸੀਂ ਨਗਰ ਕੀਰਤਨ ਸੀ ਸਾਡੇ ਮੂੰਹੋਂ ਅਸੀਸਾਂ ਨਿਕਲਦੀਆਂ ਸੀ,
ਵਿੱਚੇ ਅੜੜੀਆਂ ਕਣਕਾਂ ਹਰੀਆਂ ਹੋਈਆਂ ਵਿੱਚੇ ਪਰਾਲੀ ਇੱਕੋ ਮੇਰੀ ਜਿਹੜੀ ਆ ਹੈਪੀ ਸ਼ੀਡਰ ਪਿੱਛੇ ਤਾਂ ਹਰ 100% ਦੀ ਗਰੰਟੀ ਨਹੀਂ ਦਿੰਦੇ ਇੱਥੇ ਅਸੀਂ ਪਿਛਲੇ ਸਾਲ ਵੀ ਦੇਖਿਆ ਹੋਇਆ ਹਰ ਵੇਲੇ ਕਿ ਵੀ ਅਸੀਂ ਘੱਟ ਪਾਵਾਂਗੇ ਜਾਂ ਕੁਛ ਵੀ ਆ ਹੋ ਸਕਦਾ ਕਿਸੇ ਦਾ ਨੁਕਸਾਨ ਵੀ ਹੋ ਗਿਆ ਹੋ ਪਰ ਜਿੱਥੇ ਉਹ ਪਰਾਲੀ ਗਲੀ ਆ ਜੇ ਨੁਕਸਾਨ ਹੁੰਦਾ ਐਤਕੀ ਉਹਨਾਂ ਨੇ ਪਰਾਲੀ ਦੁਬਾਰਾ ਬੀਜਣੀ ਨਹੀਂ ਸੀ ਜੇ ਨਾ ਹਾਂ ਜਿਹੜੇ ਜੇ ਅਸੀਂ ਉਹਦੇ ਵਿੱਚ ਫਿਰ ਕੀ ਆ ਨਦੀਨ ਪਾਉਣ ਦੀ ਨਾਸ਼ਕ ਦੀ ਲੋੜ ਨਹੀਂ ਕਿਉਂਕਿ ਉਹਦੇ 'ਤੇ ਪਰਾਲੀ ਜਿੱਦਾਂ ਆਪਾਂ ਲਾਉਂਦੇ ਹਾਂ ਉਹਦੇ 'ਤੇ ਗੰਨਿਆਂ 'ਤੇ ਪਾ ਦਿਓ ਹਲਦੀ 'ਤੇ ਪਾ ਦਿਓ ਅਤੇ ਉਹ ਮੁੜ ਕੇ ਨਦੀਨ ਲਾ ਲੋੜ ਹੀ ਨਹੀਂ ਪੈਂਦੀ ਇਸੇ ਤਰ੍ਹਾਂ ਹੀ ਜੇ ਅਸੀਂ ਵਿੱਚ ਉਹਦੇ ਗਾਲ ਲਾਂਗੇ ਉੱਤੇ ਆਜੂਗੀ ਸਾਨੂੰ ਦਵਾਈ ਵੀ ਛੜਕਣ ਦੀ ਲੋੜ ਨਦੀਨ ਨੇ ਆਉਣਾ ਇਹਨੇ ਗੁੱਲੀ ਡੰਡਾ ਨੇ ਤਾਂ ਸਾਨੂੰ ਦਵਾਈ ਵੀ ਬਚ ਗਈ ਉਹਦੇ ਵਿੱਚ ਜ਼ਿਮੀਦਾਰ ਦਾ ਲੋਕ ਵੀ ਬਚ ਗਏ ਉਹਨਾਂ ਦੇ ਮੂੰਹ 'ਚ ਬਣੇ ਸੀ ਇਹਦੇ ਵਿੱਚ ਲੂਣ ਦੇ ਵਿੱਚ ਜੇ ਕੋਈ ਜ਼ਿਮੀਦਾਰ ਦਾ ਫਾਇਦਾ ਹੋ ਜੂਗਾ ਇਹ ਵਿਗਿਆਨਕ ਦ੍ਰਿਸ਼ਟੀ ਵੀ ਨਾਮ ਨਹੀਂ ਅਤੇ ਸਾਡੇ ਗੁਰੂ ਦਾ ਵੀ ਪ੍ਰਵਚਨ ਪਰ ਜਿਹੜੀ ਰਾਜਨੀਤਿਕ ਗੱਲਾਂ ਉੱਥੇ ਸਰਕਾਰਾਂ ਨੂੰ ਜਿਹੜੇ ਕਿਸਾਨ ਉਹ ਮਰ ਰਹੇ ਆ ਖੁਦਕੁਸ਼ੀਆਂ ਕਰ ਰਹੇ ਆ ਉਹਨੂੰ ਸੁਣਨੀ ਚਾਹੀਦੀ ਗੱਲ ਜ਼ਿਮੀਦਾਰਾਂ ਨੂੰ ਸੈਂਟਰ ਨੇ ਵੀ ਪੈਸੇ ਦਿੱਤੇ ਸੀ ਸਰਕਾਰ ਨੇ ਵੱਡੇ ਆ ਬਹੁਤੇ ਵਿੱਚ ਕਈ ਵਾਰ ਜਿੱਥੇ ਨਹੀਂ ਆ ਉੱਥੇ ਲਿਆ ਕੇ ਦੇਣ ਇਹ ਸਰਕਾਰਾਂ ਦੀ ਡਿਊਟੀ ਬਣਦੀ ਉਹਦੇ ਵਾਸਤੇ ਨਹੀਂ ਅਸੀਂ ਕਹਿੰਦੇ ਅਸੀਂ ਜ਼ਿਮੀਦਾਰਾਂ ਦੇ ਪੂਰੇ ਹੱਕ 'ਚ ਪਰ ਜੇ ਪਰਾਲੀ ਲੂਹ ਕੇ ਕੋਈ ਕਵੇ ਵੀ ਸਰਕਾਰਾਂ ਦੇ ਨੂੰ ਨੱਕ 'ਚ ਧੂੰਆਂ ਚੜ੍ਹਦਾ ਤੂੰ ਇਹ ਧੂੰਆਂ ਤਾਂ ਸਾਡੇ ਆਮ ਜਿਹੜੇ ਪਹਿਲਾਂ ਹੀ ਹਸਪਤਾਲਾਂ 'ਚ ਰੀਂਗ ਰਹੇ ਹੁੰਦੇ ਆ ਉਹਨਾਂ ਦੇ ਸਿਰ 'ਤੇ ਚੜ੍ਹਦਾ ਉਹ ਕਿੱਥੇ ਚੱਲ ਜਾਣ ਵਿਚਾਰੇ ਸੋ ਸਾਨੂੰ ਉਹਨਾਂ ਬਾਰੇ ਵੀ ਸੋਚਣਾ ਪਊਗਾ ਜ਼ਿਮੀਦਾਰ ਦੀ ਮੰਗ ਜਾਇਜ਼ ਸਰਕਾਰ ਨੂੰ ਬੋਨਸ ਦੇਣਾ ਚਾਹੀਦਾ ਸਰਕਾਰ ਨੂੰ ਖਰਚਾ ਦੇਣਾ ਚਾਹੀਦਾ ਅਸੀਂ ਇਹਦੇ ਹੱਕ 'ਚ ਦੇਣ ਕਿਉਂ ਨਹੀਂ ਦਿੰਦੇ ਜਦੋਂ ਇੰਡਸਟਰੀਆਂ ਨੂੰ ਇੰਨਾ ਇੰਨਾ ਪੈਸਾ ਦੇ ਦਿੰਦੇ ਇੰਡਸਟਰੀਆਂ ਨੂੰ ਕਿੰਨਾ ਕਿੰਨਾ ਮਾਫ਼ ਕਰ ਦਿੰਦੇ ਜੇ ਜ਼ਿਮੀਦਾਰਾਂ ਬਾਰੇ ਨਹੀਂ ਹੋ ਸਕਦਾ ਇੰਨੀ ਜਿੰਨੀ ਅੰਨਦਾਤ ਇਹਦੀ ਬਾਂਹ ਸਰਕਾਰ ਨਹੀਂ ਫੜੂਗੀ ਕੌਣ ਫੜੂਗਾ ਇਹ ਬਹੁਤ ਜ਼ਰੂਰੀ ਹੈ ਜ਼ਿਮੀਦਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਪਰ ਅਸੀਂ ਇੰਨੀ ਵੀ ਬੇਨਤੀ ਕਰਾਂਗੇ ਕਿ ਸਾਡੇ ਗੁਰੂ ਦਾ ਵੀ ਬਚਣਾ ਅਸੀਂ ਇਹਦੇ ਵਿੱਚ ਆਪਣੇ ਮਾਂ ਬਾਪ ਨੂੰ ਹਸਪਤਾਲ ਪਹੁੰਚਾ ਦਈਏ ਜਿਹੜਾ ਹਸਪਤਾਲ ਪੁੱਜਿਆ ਉਹਨੂੰ ਗੱਡੀ ਚੜ੍ਹਾ ਦਈਏ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਵਿਚਾਰਨੀਆਂ ਪੈਣਗੀਆਂ ਜਿਹੜੀ ਜਿਸ ਹਿਸਾਬ 'ਚ ਅਸੀਂ ਧੂੰਆਂ ਕੱਢ ਰਹੇ ਹਾਂ ਉਹਦੇ ਵਿੱਚ ਖੁਦ ਵੀ ਲੈ ਰਹੇ ਹਾਂ ਸਾਡੇ ਬੱਚੇ ਵੀ ਲੈ ਰਹੇ ਹੈ ਬਾਪੂ ਵੀ ਲੈ ਰਹੇ ਹੈ ਉਹਦੇ ਵਿੱਚ ਸੰਗਤਾਂ ਵੀ ਲੈ ਰਹੀਆਂ ਸਾਰਿਆਂ ਨੇ ਆਪਾਂ ਸਾਰਿਆਂ ਦੇ ਰਾਜ਼ੀ ਰਹਿਣ ਆਪਾਂ ਤਾਂ ਅਰਦਾਸ ਕਰਦੇ ਸਰਪੰਚ ਦੇ ਭਲੇ ਦੀ ਤੁਸੀਂ ਦੇਖਿਆ 3 ਦਿਨ ਪਹਿਲਾਂ ਅਸੀਂ ਦੇਖਿਆ 3 ਦਿਨ ਸੂਰਜ ਨਹੀਂ ਨਿਕਲਿਆ ਇੱਥੇ ਇੰਨਾ ਬੱਦਲ ਸੀ ਅਸੀਂ 1.5 ਸਾਲ ਪਹਿਲਾਂ ਅਰਦਾਸ ਬੇਨਤੀ ਕਰਦੇ ਸੀ ਨਗਰ ਕੀਰਤਨਾਂ ਦੇ ਵੀ ਅਗਲੇ ਸਾਲ 550 ਸਾਲ ਆ ਰਿਹਾ ਆਪਾਂ ਅੱਗ ਨਹੀਂ ਲਾਉਣੀ ਸੰਗਤਾਂ ਨੇ ਆਉਣਾ ਘੱਟੋ ਘੱਟ ਪ੍ਰਸ਼ਾਦਾਂ ਦੇ ਲੰਗਰ ਤਾਂ ਲੱਗ ਜਾਣਗੇ ਪਰ ਜਿਹੜੀ ਸ਼ੁੱਧ ਹਵਾ ਦਾ ਲੰਗਰ ਆ ਉਹ ਕਿਥੋਂ ਲਾਉਣਗੇ ਲੰਗਰ ਲੱਗੇ ਹੋਏ ਆ ਉੱਥੇ ਸਿਲੰਡਰ ਲੱਗੇ ਹੋਏ ਆ ਸਾਨੂੰ ਫਿਕਰ ਸੀ ਬਾਬਾ ਹੁਣ ਤੇਰੀ ਮਰਜ਼ੀ ਅਸੀਂ ਅਸੀਂ ਤਾਂ ਲਿਜਾ ਰਹੇ ਅਸੀਂ ਤਾਂ ਕਹਿਣਾ ਸੀ ਉਹ ਕਦਮ ਦੇ ਦਿੱਤਾ ਪਰ ਇਹ ਦੇਖਿਆ 2 ਘੰਟੇ ਉਹਨਾਂ ਨੇ ਬੱਦਲ ਜਿਹਾ ਹੋਇਆ ਤੇ ਦੂਸਰੇ ਦਿਨ ਨਗਰ ਕੀਰਤਨ ਸੀ ਉਹ ਹੜ ਪੀੜ ਦੇ ਚ ਸ਼ਾਮ ਨੂੰ ਜਿਹੜਾ ਸੀ ਜਿਹੜਾ ਚੰਦਰਮਾ ਦਿਖਦਾ ਸੀ ਦਿਨੇ ਜਿੱਥੇ ਸੂਰਜ ਨਹੀਂ ਦਿਖਦਾ ਸੀ ਚੰਦਰਮਾ ਦਿਸਣ ਲੱਗ ਪਿਆ ਕਿਉਂਕਿ ਕਿਰਪਾ ਜੇ ਉਹਨੇ ਸੁਖੀ ਰੱਖਣਾ ਤਾਂ ਕੋਈ ਕੁਛ ਨਹੀਂ ਕਰ ਸਕਦਾ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਫਲਸਫਾ ਹੈਗਾ ਜੋ ਉਹਨਾਂ ਨੇ ਸੁਨੇਹਾ ਦਿੱਤਾ ਹੈਗਾ ਉਹ ਹੌਲੀ ਹੌਲੀ ਪ੍ਰਵਾਨ ਚੜ੍ਹ ਸਕਦਾ ਹਰ ਤਰ੍ਹਾਂ ਦਾ ਚੜੂਗਾ ਕਿਉਂਕਿ ਗੁਰੂ ਨਾਨਕ ਦਾ ਮਿਸ਼ਨ ਕਿ ਉਹਨੇ ਇੱਕ ਨੂੰ ਨਹੀਂ ਸਮਝਾਇਆ ਖੇਲੇ ਸਗਲ ਜਗਤ ਦੀ ਵਿਸ਼ਵ ਦੀ ਗੱਲ ਕੀਤੀ ਉਹਨੇ ਸੁਨੇਹਾ ਕਿਸੇ ਇੱਕ ਬੰਦੇ ਨੂੰ ਜਿਹੜਾ ਗੁਰੂ ਨਾਨਕ ਦਾ ਉਪਦੇਸ਼ ਇਕੱਲਾ ਸਿੱਖਾਂ ਵਾਸਤੇ ਨਹੀਂ ਸ੍ਰਿਸ਼ਟੀ ਵਾਸਤੇ ਚਲੋ ਆਖਰੀ ਹਿੱਸੇ ਵਿੱਚ ਆ ਅਸੀਂ ਗੁਰੂ ਨਾਨਕ ਸਾਹਿਬ ਨੇ ਔਰਤਾਂ ਦੀ ਵੀ ਗੱਲ ਕੀਤੀ ਹੈਗੀ ਹੈ ਜੋ ਕੋ ਮੰਦਾ ਕਿ ਜਿੱਤ ਜੰਮੇ ਰਾਜਾ ਅੱਜ ਔਰਤ ਨੂੰ ਦਾ ਹੱਕ ਮਿਲ ਪਾ ਰਿਹਾ ਇਹ ਬਹੁਤ ਉਹ ਚੀਜ਼ ਇੰਪਲੀਮੈਂਟ ਅੱਗੇ ਨੂੰ ਬਹੁਤ ਫਰਕ ਉਸ ਵੇਲੇ ਨੂੰ ਹਜ਼ਾਰਾਂ ਦਰਜੇ ਇਸ ਵੇਲੇ ਬਾਬੇ ਨੇ ਕਿਹਾ ਸੀ ਛੋਟੋ ਮੰਦਾ ਆਖੀ ਜਿੰਨ ਪਰ ਇਸ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਹਜੇ ਹੋਰ ਲੋੜ ਮਾਣ ਸਨਮਾਨ ਦੀ ਲੋੜ ਨੌਕਰੀਆਂ ਵਿੱਚ ਅੱਗੇ ਆ ਰਹੀਆਂ ਬੱਚੇ ਪੜ੍ਹ ਰਹੇ ਆ ਅੱਗੇ ਤਾਂ ਇਹੋ ਜਿਹਾ ਸੀਗਾ ਵੀ ਲੜਕੀਆਂ ਪੜ੍ਹ ਵੀ ਨਹੀਂ ਸਕਦੀ ਉਹ ਚੀਜ਼ ਤੋਂ ਬਹੁਤ ਬਾਹਰ ਆਏ ਆ ਸਦੀ ਦੀ ਪ੍ਰਥਾ ਸੀ ਕਿੰਨਾ ਕੁਛ ਸੀ ਪਰ ਹੁਣ ਜਿਹੜੀ ਹੈਗੀ ਆ ਉਹ ਸੰਵਿਧਾਨ ਨੇ ਸਾਨੂੰ ਬਰਾਬਰ ਦਾ ਹੱਕ ਦੇ ਦਿੱਤਾ ਜੇ ਨਹੀਂ ਮਿਲਦਾ ਉਹ ਲੜ ਵੀ ਰਹੀ ਆ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਕੀਰਤਨ ਨਹੀਂ ਕਰ ਦਿੱਤਾ ਜਾ ਰਿਹਾ ਉਸ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ ਨਹੀਂ ਉਹਦੇ ਵਾਸਤੇ ਤਾਂ ਕੋਈ ਕੀਰਤਨੀ ਜਾਂ ਜਿਹੜੇ ਜਿਹੜੀ ਕਮੇਟੀ ਹੈਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵਿਦਵਾਨ ਸਿੰਘ ਸਾਹਿਬ ਅਕਾਲ ਤਖ਼ਤ ਜਥੇਦਾਰ ਸਾਹਿਬ ਇਹਨਾਂ ਦੇ ਉੱਤੇ ਤੋਂ ਫੈਸਲਾ ਦੇ ਸਕਦੇ ਆ
झाड़ू देने वाला कोई भुखा ध्याया ना रवे इतने बिजली का प्रबंध ठीक है असि निगरानी कर रहे दोनों दे इस वेई ते श्रोमणी कमेटी जां पंजाब सरकार वालों कोई ध्यान दिता जा रहा बहुत सारा ध्यान ही है ध्यान में ही है ਵੇਈ ਦੇ ਉੱਤੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੇ ਲੰਘਣਾ ਧਿਆਨ ਕਰਕੇ ਹੀ ਹੈ ਵੇਈ ਦੇ ਉੱਤੇ ਨਹੀਂ ਤਾਂ ਬਹੁਤ ਕੁਛ ਹੋ ਰਿਹਾ ਸੰਗਤ ਦੇ ਲਈ ਇਹ ਦਰਵਾਜ਼ੇ ਖੁੱਲੇ ਆ ਨਹੀਂ ਸੰਗਤਾਂ ਵਾਸਤੇ ਬਹੁਤ ਤਕਲੀਫ ਆ ਸੰਗਤਾਂ ਲਈ ਸਭ ਤੋਂ ਵੱਧ ਔਖਾ ਜਿਹੜੇ ਵੇਈ ਦੇ ਕੰਢੇ ਘੁੰਮਣਾ ਚਾਹੁੰਦੇ ਆ ਵੀ ਗੁਰਦੁਆਰਾ ਬੇਰ ਸਾਹਿਬ ਦੇ ਸੰਦ ਘੱਟਦੇ ਉਹਦੇ ਵਾਸਤੇ ਜਿਹੜਾ ਰਾਹ ਬੰਦ ਹੋਣ ਕਰਕੇ ਉਹਦਾ ਤਕਲੀਫ ਆ ਅਸੀਂ ਸੰਗਤਾਂ ਨੇ ਵੀ ਸਾਨੂੰ ਬੇਨਤੀ ਕੀਤੀ ਸੀ ਅਸੀਂ ਗਏ ਵੀ ਸੀਗੇ ਉੱਥੇ ਆਈ ਜੀ ਸਾਹਿਬ ਨਾਲ ਵੀ ਗੱਲ ਹੋਈ ਉੱਥੇ ਅਧਿਕਾਰੀ ਵੀ ਸੀ ਸਾਨੂੰ ਕਹਿੰਦੇ ਬਾਬਾ ਜੀ ਲੰਘਣ ਦਿੰਦੇ ਅਸੀਂ ਕਿਹਾ ਵੀ ਤੁਸੀਂ ਘੋਰ ਨਾ ਦਿਓ ਅਸੀਂ ਆਉਂਦੇ ਪਰ ਉਹ ਜਿਹੜੇ ਬੈਠੇ ਸੀ ਉਹਨਾਂ ਨਾਲ ਉਹ ਖੈਬ ਦੇ ਅਸੀਂ ਕਿਹਾ ਇਹਨਾਂ ਨਾਲ ਨਾ ਲੜੋ ਆਪਾਂ ਸੀਨੀਅਰ ਇਹਨਾਂ ਨਾਲ ਗੱਲ ਕਰਨੀ ਨੇ ਉਹਦੇ ਵਿੱਚੋਂ ਬੰਦੇ ਕਹਿ ਰਹੇ ਸੀਗੇ ਕਿ ਇਹ ਜਿਹੜੀ ਰਸਤਾ ਵਾ ਅਸੀਂ ਪਰਿਕਰਮਾ ਕਰਨੀ ਜਿੱਦਾਂ ਗੁਰਦੁਆਰਾ ਬੇਰ ਸਾਹਿਬ ਤੋਂ ਸੰਤ ਘਾਟ ਦੇ ਗਿਰਜਣ ਲੰਘਣਾ ਉਹ ਫਿਰ ਉੱਪਰ ਦੀ ਹੋ ਕੇ ਅਸੀਂ ਕਿਹਾ ਤੁਸੀਂ ਸਾਨੂੰ ਪੁੱਛ ਲੈਣ ਦਿਓ ਫਿਰ ਆਈ ਜੀ ਨਾਲ ਦੂਸਰੇ ਅਧਿਕਾਰੀ ਵੀ ਆਏ ਸੁਰੱਖਿਆ ਬਾਕੀ ਸੰਗਤਾਂ ਦੀਆਂ ਭਾਵਨਾਵਾਂ ਉਹ ਵਾਹਿਗੁਰੂ ਜਾਣਦਾ ਅਸੀਂ ਤਾਂ ਆਪਣੀ ਜਿਹੜੀ ਗੱਲ ਸੰਗਤ ਦੀ ਸਾਡੇ ਕੋਲ ਆਈ ਸੀ ਅਸੀਂ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਰੱਖੀ ਸੀ ਲੋਕਾਂ ਨੂੰ ਇੱਧਰ ਨੂੰ ਰੰਗ ਲੈਣ ਦਿਓ ਪਰਲੇ ਪਰਲੇ ਸਟੇਜ ਦਾ ਨਾ ਕਰੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਖਰੀ ਸਵਾਲ ਤੁਹਾਨੂੰ ਇੱਕੋ ਬਾਬਾ ਕਿਹਾ ਜਾਂਦਾ ਤੁਹਾਨੂੰ ਚਿੰਤਾ ਪ੍ਰੇਮੀ ਤੁਹਾਨੂੰ ਕਿਹਾ ਜਾਂਦਾ ਵਾਤਾਵਰਨ ਪ੍ਰੇਮੀ ਤੁਹਾਨੂੰ ਕਿਹਾ ਜਾਂਦਾ ਸੰਤ ਬਾਬਾ ਕਿੰਨੀਆਂ ਉਪਾਧੀਆਂ ਤੁਹਾਨੂੰ ਦਿੱਤੀਆਂ ਜਾ ਰਹੀਆਂ ਅਵਾਰਡ ਤੁਹਾਨੂੰ ਵੱਡੇ ਵੱਡੇ ਮਿਲੇ ਆ ਪਦਮ ਸ਼੍ਰੀ ਅਵਾਰਡ ਤੱਕ ਮਿਲ ਗਿਆ ਹੈਗਾ ਸਵਾਲ ਅਸੀਂ ਤਾਂ ਸੇਵਾਦਾਰ ਹਾਂ ਜੋ ਮਰਜ਼ੀ ਜੋ ਕਹੀ ਜਾਵੇ ਸਾਨੂੰ ਪਤਾ ਅਸੀਂ ਤਾਂ ਝਾੜੂ ਦੇਣ ਵਾਲੇ ਪਛੇ ਤੋਂ ਵੱਧ ਅਸੀਂ ਆਪਣੇ ਆਪ ਨੂੰ ਸਮਝਦੇ ਚਲੋ ਸੀਚੇਵਾਲ ਮਾਡਲ ਹੈ ਕੀ ਹੈ ਅਖੀਰ ਦੇ ਵਿੱਚ ਮੈਂ ਪੁੱਛਾਂ ਸੀਚੇਵਾਲ ਮਾਡਲ ਇਹ ਹੈ ਕਿ ਸੀਚੇਵਾਲ ਅਸੀਂ ਆਪਣੇ ਪਿੰਡ ਤੋਂ ਗੰਦੇ ਪਾਣੀਆਂ ਦਾ ਹੱਲ ਜਿਹੜਾ ਸੀ ਉਹ ਆਪਣੇ ਪਿੰਡ ਤੋਂ ਸ਼ੁਰੂ ਕੀਤੇ ਸੀ ਉਹ ਮਾਡਲ ਜਿਹੜਾ ਸੀਚੇਵਾਲ ਜਿਹਨੂੰ 20 ਸਾਲ ਹੋ ਗਏ ਅਤੇ ਉਹ ਮਾਡਲ ਨੂੰ ਸਾਰਿਆਂ ਨੇ ਦੇਖਿਆ ਸੈਂਟਰ ਤੀਕਰ ਸੂਬਾ ਸਰਕਾਰਾਂ ਨੇ ਵਿਗਿਆਨੀਆਂ ਨੇ ਹਰ ਇੱਕ ਨੇ ਹੁਣ ਉਹਨੂੰ ਸਰਕਾਰ ਨੇ ਪਾਸ ਕਰ ਦਿੱਤਾ ਜਿਹੜਾ ਪਾਣੀ ਅਸੀਂ ਵਰਤਦੇ ਹਾਂ ਉਹਨੂੰ ਰੀਯੂਜ ਕਰਨਾ ਟ੍ਰੀਟ ਕਰਕੇ ਅਤੇ ਸਾਡਾ ਖੇਤੀ ਪ੍ਰਧਾਨ ਮੁਲਕ ਸਾਡੇ ਕੋਲ ਉਹਨੇ ਕਹਿੰਦੇ ਪਾਣੀ ਹੈ ਹੀ ਨਹੀਂ ਜਿੰਨੇ ਸਾਨੂੰ ਖੇਤੀ ਨੂੰ ਚਾਹੀਦੇ ਆ ਅਸੀਂ ਪੀਣ ਵਾਲਾ ਧਰਤੀ ਥੱਲੋਂ ਕੱਢ ਕੇ ਪਾਣੀ ਖੇਤੀ ਨੂੰ ਲਾਉਂਦੇ ਹਾਂ ਅਤੇ ਜਿਹੜਾ ਖੇਤੀ ਲਾਇਕ ਪਾਣੀ ਆ ਉਹਨੂੰ ਅਸੀਂ ਨਦੀਆਂ ਦਰਿਆਵਾਂ ਦੇ ਵਿੱਚ ਸਿੱਟੀ ਜਾ ਰਹੇ ਸੋ ਉਹਦਾ ਇੱਕ ਪੈਰਲਰ ਇੱਕ ਹੁੰਦਾ ਕਿਸੇ ਦੀ ਆਲੋਚਨਾ ਕਰਨੀ ਇੱਕ ਹੁੰਦਾ ਉਹਦਾ ਰਾਹ ਦੱਸ ਦੇਣਾ ਅਸੀਂ ਰਾਹ ਦਿੱਤਾ ਉਹ ਰਾਹ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਉਹ ਰਾਹ ਸੁਲਤਾਨਪੁਰੀ ਤੋਂ ਦਿੱਤਾ 13 ਕਿਲੋਮੀਟਰ ਪਾਣੀ ਵੀ ਖੇਤੀ ਨੂੰ ਲੱਗਦਾ ਉਹ ਰਾਹ ਦਸੂਏ ਅਸੀਂ ਟ੍ਰੀਟਮੈਂਟ ਪਲਾਂਟ ਲਾ ਕੇ ਦਿੱਤਾ ਹੋਰ 100 ਤੋਂ ਵੱਧ ਪਿੰਡਾਂ ਦੇ ਵਿੱਚ ਜਗਰ ਪਿੰਡ ਹਰੀਪੁਰ ਇਹ ਸਾਰੇ ਪਿੰਡ ਸੀਚੇ ਵਾਲਾ ਮਾਡਲ ਚੱਲਦਾ ਅਤੇ ਉਹ ਵੀ ਜਿੱਦਾਂ ਜੇ ਕਹਿੰਦੇ ਨਾ ਰੀਸਾਈਕਲ ਕਰੋ ਜਿਹੜੀ ਸਮਾਨ ਆ ਇਹਨੂੰ ਰੀਯੂਜ ਕਰ ਲਓ ਵਰਤ ਲਿਆ ਉਹਨੂੰ ਦੁਬਾਰਾ ਵਰਤ ਲਓ ਉਹਦੇ ਵਿੱਚ ਖਾਦਾਂ ਦਾ ਵੀ ਬਚਦੇ ਜਿੱਥੇ ਪਾਣੀ ਪੈਣ ਲੱਗ ਪਏ ਖਾਦ ਦੀ ਲੋੜ ਨਹੀਂ ਪੈਣੀ ਇੱਕ ਬਹੁਤ ਕਿਉਂਕਿ ਅਸੀਂ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਬਜ਼ੁਰਗ ਅੱਗੇ ਸ਼ਹਿਰਾਂ ਦਾ ਪਾਣੀ ਵੀ ਵਰਤਦੇ ਸੀ ਕਿੰਨਾ ਚਿਰ ਵਰਤਦੇ ਸੀ ਜਿੰਨਾ ਚਿਰ ਕੈਮੀਕਲ ਨਹੀਂ ਪੈਂਦੇ ਸੀ ਅੱਗੇ ਜਿਹੜੇ ਗੰਦੇ ਨਾਲੇ ਆ ਉਹਨਾਂ ਦੇ ਕੰਢੇ 'ਤੇ ਸਬਜ਼ੀ ਹੁੰਦੀ ਸੀ ਅਤੇ ਉਹ ਸਾਰਾ ਗੰਦ ਜਿਹੜਾ ਸੀਗਾ ਉਹ ਖੇਤਾਂ 'ਚ ਜਾਂਦਾ ਸੀ ਜਦੋਂ ਕੈਮੀਕਲ ਪੈਣ ਲੱਗ ਪਏ ਤਾਂ ਸਾਰਾ ਕੁਛ ਬੰਦ ਹੋ ਗਿਆ ਅਤੇ ਹੁਣ ਜਿਹੜਾ ਹੈਗਾ ਇਹੀ ਸਮੱਸਿਆ ਬਣਿਆ ਬੈਠਾ ਇਹਨੂੰ ਦੁਬਾਰਾ ਖੇਤੀ ਲਈ ਲਿਆ ਜੀ ਸਾਡਾ ਤਾਂ ਪਾਣੀ ਮੁੱਕ ਰਿਹਾ ਸੁੱਕ ਰਿਹਾ ਅਸੀਂ ਨਹਾ ਵੀ ਲਿਆਦਾ 20 ਲੀਟਰ ਨਾਲ ਅਤੇ ਜੇ ਉਹਦੇ ਵਿੱਚੋਂ 15 ਅਸੀਂ ਖੇਤੀ ਨੂੰ ਪਾਤਾ ਅਸੀਂ ਕਿ ਅਸੀਂ ਤਾਂ ਸਾਡੇ ਵਾਸਤੇ ਤਾਂ 5 ਹੀ ਹੋਏ ਅਸੀਂ ਤਾਂ 15 ਬਚਾ ਲਏ ਸੋ ਇਹ ਇੱਕ ਸੀਚੇਵਾਲ ਮਾਡਲ ਆ ਆਪਣੇ ਪਿੰਡ ਤੋਂ ਜਿਹੜਾ 20 ਸਾਲ ਹੋ ਗਏ ਚੱਲਦੇ ਇਹਨੂੰ ਸ਼ਹਿਰਾਂ ਵਿੱਚ ਸੁਲਤਾਨਪੁਰ ਕਿਉਂਕਿ ਹੁਣ ਤੱਕ ਸਾਰਾ
ਜਾ ਕੇ ਤੁਸੀਂ ਦੇਖ ਸਕਦੇ ਹੋ, ਹੁਣ ਦੇਖ ਸਕਦੇ ਹੋ ਜਦੋਂ ਮਰਜ਼ੀ। ਇੱਕ ਹੁੰਦਾ ਨਾ ਵੀ ਤੁਸੀਂ ਇੱਦਾਂ ਕਰ ਲਓ, ਅਸੀਂ ਕਹਿੰਦੇ ਅਸੀਂ ਇੱਦਾਂ ਕੀਤਾ, ਜੇ ਤੁਹਾਨੂੰ ਫਿੱਟ ਆਉਂਦਾ ਤਾਂ ਕਰ ਲਓ, ਅਸੀਂ ਤੁਹਾਨੂੰ ਦੱਸਣ ਨਹੀਂ ਤਿਆਰ। ਨਾਨਕ ਨਾਮ ਦੇਵਾ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਉਹ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਹਵਾ ਪਾਣੀ ਧਰਤੀ ਜਿੱਥੇ ਰਹਿੰਦੇ ਹਾਂ ਇਹਦੇ ਪ੍ਰਤੀ ਆਪਣੀ ਡਿਊਟੀ ਨਿਭਾਈਏ। ਗਲੋਬਲ ਵਾਰਮਿੰਗ ਦੀ ਸਮੱਸਿਆ ਆਪੇ ਦੂਰ ਹੋ ਜਾਣੀ। ਬਾਬੇ ਨਾਨਕ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਸਕੋ, ਇਹ ਤਿੰਨ ਗੱਲਾਂ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਬਹੁਤ ਧੰਨਵਾਦ ਸੀਚੇਵਾਲ ਸਾਹਿਬ। ਇਹ ਸੰਤ ਬਲਵੀਰ ਸਿੰਘ ਸੀਚੇਵਾਲ ਸਾਡੇ ਨਾਲ ਮੌਜੂਦ ਸੀ, ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਹੈ। ਇਸ ਗੱਲਬਾਤ ਦੇ ਵਿੱਚ ਕਾਲੀ ਬੇਈ ਦਾ ਜ਼ਿਕਰ ਹੋਇਆ ਅਤੇ ਇਸ ਪਵਿੱਤਰ ਕਾਲੀ ਬੇਈ ਦੇ ਵਿੱਚ ਖੁਦ ਸੀਚੇਵਾਲ ਸਾਹਿਬ ਨੇ ਸਾਡੇ ਲਈ ਕਿਸ਼ਤੀ ਹੈ ਜਿਹੜੀ ਉਹ ਖੁਦ ਡਰਾਈਵ ਕੀਤੀ ਹੈਗੀ ਹੈ। ਇਹ ਕਿਸ਼ਤੀ ਵਾਂਗੂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈਗਾ, ਉਸਦਾ ਉਪਦੇਸ਼ ਹੈ ਜਿਹੜਾ ਉਹ ਵੀ ਅੱਗੇ ਵਧੇ। ਅਤੇ ਇਸ ਕਿਸ਼ਤੀ ਦੇ ਵਿੱਚ ਹੋਰ ਸੰਗਤ ਵੀ ਸਵਾਰ ਹੈਗੀ ਹੈ, ਇਹਨਾਂ ਨੂੰ ਵੀ ਬੜਾ ਵਕਤ ਲੱਗ ਗਿਆ ਅਤੇ ਹੁਣ ਇਸ ਕਰਕੇ ਇਹਨਾਂ ਨੂੰ ਥੋੜ੍ਹੀ ਜਿਹੀ ਜਲਦੀ ਵੀ ਹੈਗੀ ਹੈ ਕਿਉਂਕਿ ਇਹਨਾਂ ਨੇ ਸਮਾਗਮਾਂ ਵਿੱਚ ਜਾਣਾ ਹੈਗਾ। ਅਸੀਂ ਗੱਲਬਾਤ ਕੀਤੀ ਹੈ, ਇਸ ਗੱਲਬਾਤ ਦੇ ਜ਼ਰੀਏ ਹੋ ਸਕਦਾ ਕਿ ਸੀਚੇਵਾਲ ਸਾਹਿਬ ਨੇ ਜੋ ਗੱਲਾਂ ਕੀਤੀਆਂ ਉਹ ਤੁਹਾਡੇ ਮਨਾਂ ਤੱਕ ਪਹੁੰਚੇ, ਸਰਕਾਰਾਂ ਤੱਕ ਵੀ ਪਹੁੰਚਣ। ਕਈ ਗੱਲਾਂ ਸੀਚੇਵਾਲ ਸਾਹਿਬ ਨੇ ਖੁੱਲ੍ਹ ਕੇ ਨਹੀਂ ਦੱਸੀਆਂ ਹੈਗੀਆਂ ਕਿਉਂਕਿ ਇਹਨਾਂ ਨੂੰ ਵੀ ਪਤਾ ਮੌਕੇ ਦੀ ਨਜਾਕਤ ਕੀ ਹੈਗੀ ਹੈ, ਪ੍ਰਕਾਸ਼ਪੁਰ ਦੀਆਂ ਰੌਣਕਾਂ ਹੈਗੀਆਂ, ਉਹਦੇ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ ਹੈ। ਕਹਿੰਦੇ ਕਿ ਕਿਸੇ ਦੇ ਵਿਆਹ ਦੇ ਵਿੱਚ ਜਾ ਕੇ ਅਸੀਂ ਰੁਕਾਵਟ ਨਹੀਂ ਪਾ ਸਕਦੇ, ਇਹਨਾਂ ਦੀ ਗੱਲ ਦੇ ਨਾਲ ਮੈਂ ਇਤਫਾਕ ਰੱਖਦਾ। ਪਰ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਹੋਰ ਲੋਕ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਪਏ ਹੈ ਕਿ ਆਉਣ ਵਾਲਾ ਸਮਾਂ ਉਹਨਾਂ ਲਈ ਨਹੀਂ, ਉਸ ਸਾਰੀ ਜਨਤਾ ਲਈ, ਉਹ ਸਾਰੀ ਨਾਨਕ ਨਾਮ ਦੇ ਸੰਗਤ ਲਈ ਮੁਸ਼ਕਲ ਭਰਿਆ ਹੋ ਸਕਦਾ ਜੇ ਅੱਜ ਅਸੀਂ ਨਹੀਂ ਜਾ ਕੇ, ਜੇ ਜਿੱਥੇ ਅਸੀਂ ਬੈਠੇ ਹੈਗੇ ਹਾਂ ਇੱਥੋਂ ਜੇ ਬੈਠ ਕੇ ਅਸੀਂ ਨਹੀਂ ਸੋਚ ਸਕਦੇ, ਜਿੱਥੇ ਅਸੀਂ ਆ ਕੇ ਸਮਾਗਮ ਮਨਾਉਣੇ ਹੈਗੇ, ਜੇ ਖਾਨਾ ਪੂਰਤੀ ਕਰਨੀ ਹੈਗੀ ਆ, ਸ਼ਾਇਦ ਸਾਡੇ ਮਨਾਂ ਵਿੱਚ ਫਿਰ ਖੋਟ ਹੋਵੇਗੀ। ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਨਹੀਂ ਸਮਝਣਾ ਹੈਗਾ, ਜਿਹੜੇ ਫਲਸਫੇ ਇਹਨਾਂ ਨੇ ਸਮਝਾਏ ਹੈਗੇ ਆ, ਜੇ ਬਾਣੀ ਦੀਆਂ ਕੁਝ ਗੱਲਾਂ ਮੇਰੇ ਜ਼ਿਹਨ ਵਿੱਚ ਹੈਗੀਆਂ ਸੀਗੀਆਂ, ਮੈਂ ਕੁਛ ਇੱਥੇ ਦੱਸੀਆਂ ਹੈਗੀਆਂ, ਸਾਡੇ ਕੋਲ ਕੋਈ ਭੁੱਲਾਂ ਵੀ ਹੋਈਆਂ ਹੋਣਗੀਆਂ ਉਸ ਬਾਣੀ ਨੂੰ ਸਮਝਣ ਦੇ ਵਿੱਚ, ਸਲੋਕ ਦੀਆਂ ਤੁੱਕਾਂ ਨੂੰ ਦੱਸਣ ਦੇ ਵਿੱਚ ਸਾਡੇ ਕੋਲ ਵੀ ਕਈ ਗਲਤੀਆਂ ਹੋਈਆਂ ਹੋਣਗੀਆਂ, ਪਰ ਗਲਤੀਆਂ ਹੁਣ ਬਹੁਤ ਹੋ ਗਈਆਂ, ਹੁਣ ਗਲਤੀਆਂ ਸੁਧਾਰਨ ਦਾ ਵੇਲਾ ਆ ਗਿਆ ਹੈਗਾ। 550 ਸਾਲਾਂ 'ਤੇ ਅਸੀਂ ਸਾਰੇ ਪ੍ਰਣ ਕਰ ਲਈਏ ਕਿ ਅਸੀਂ ਗਲਤੀਆਂ ਸੁਧਾਰ ਲਈਏ, ਜੇ ਗਲਤੀਆਂ ਸੁਧਾਰਾਂਗੇ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ, ਨਹੀਂ ਤਾਂ ਸਾਡੀ ਜਵਾਨੀ ਹੈ ਜਿਹੜੀ ਇੱਥੋਂ ਬੇਰੁਜ਼ਗਾਰ ਹੁੰਦੀ ਵਿਦੇਸ਼ਾਂ ਵਿੱਚ ਧੱਕੇ ਖਾਵੇਗੀ ਜਾਵੇਗੀ, ਅਤੇ ਸਾਨੂੰ ਇੱਥੇ ਕੋਸੇਗੀ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਤਾਂ ਸਾਡੀ ਜ਼ਮੀਨ ਨੂੰ, ਸਾਡੇ ਪਾਣੀ ਨੂੰ, ਸਾਡੇ ਹਵਾ ਨੂੰ ਸਾਨੂੰ ਸਮਝਾਇਆ ਸੀ, ਦੱਸਿਆ ਸੀ ਸਭ ਕੁਝ ਇੱਥੇ ਹੈਗਾ, ਪਰ ਅਸੀਂ ਇੱਥੋਂ ਕਿਉਂ ਜਾ ਰਹੇ ਹੈਗੇ ਹਾਂ? ਆਪਦੀ ਜ਼ਮੀਨ ਤੋਂ ਹੀ ਅਸੀਂ ਮੁਨਕਰ ਹੋ ਰਹੇ ਹਾਂ, ਇਹਦਾ ਮਤਲਬ ਸਾਡੀ ਜ਼ਮੀਨੀ ਹਕੀਕਤ ਹੈ ਜਿਹੜੀ ਕੌੜੀ ਹੈਗੀ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਮਿੱਠਾ ਮਿੱਠਾ ਬੋਲਣਾ ਚਾਹੀਦਾ ਹੈਗਾ, ਪਰ ਜੇ ਕੌੜੇ ਸਵਾਲ ਨਾ ਕੀਤੇ ਤਾਂ ਮਿੱਠਾ ਬਿਲਕੁਲ ਮੁੱਕ ਜਾਵੇਗਾ। ਅਤੇ ਅੱਜ ਟੂ ਦਾ ਪੁਆਇੰਟ ਤੁਸੀਂ ਦੇਖਿਆ, ਪਵਿੱਤਰ ਕਾਲੀ ਬੇਈ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੁਲਤਾਨਪੁਰ ਲੋਧੀ ਤੋਂ, ਇਸ ਧਰਤੀ ਨੂੰ, ਇਸ ਪਾਣੀ ਨੂੰ, ਇਸ ਹਵਾ ਨੂੰ ਮੱਥਾ ਟੇਕਣ ਦਾ ਦਿਨ ਹੈਗਾ। ਸਾਰੇ ਮੱਥਾ ਟੇਕੋ ਅਤੇ ਅੱਗੇ ਲਈ ਸੁਚੇਤ ਹੋ ਜਾਓ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜੋ ਕਿਹਾ ਹੈਗਾ ਅਸੀਂ ਉਸ ਲਈ ਕੰਮ ਕਰਨਾ ਹੈ। ਬਹੁਤ ਧੰਨਵਾਦ।